ਦਾ ਯਤਨ ਕਰਾਂਗੇ, ਕੁਛ ਨਾ ਕੁਛ ਵੱਖਰੀ ਗੱਲ ਸਾਂਝੀ ਕਰਨ ਦਾ ਯਤਨ ਕਰਾਂਗੇ। ਤੇ ਗਿੱਲ ਸਾਹਿਬ ਆਪਣੇ ਨਾਲ ਹਾਜ਼ਰ ਨੇ, ਪਹਿਲਾਂ ਧੰਨਵਾਦ ਕਰਕੇ ਗੱਲ ਨੂੰ ਅੱਗੇ ਤੋਰ ਲਈਏ, ਫਿਰ ਦੇਖਦੇ ਹਾਂ। ਚਲ ਸੋ ਚਲ ਜੀ ਗਿੱਲ ਸਾਹਿਬ, ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਮੈਂ ਚੰਨ ਪਰਦੇਸੀ ਨੂੰ ਸੁਣ ਰਹੇ ਇਸ ਵੇਲੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਾਰੇ ਸਰੋਤਿਆਂ ਨੂੰ ਹਾਰਦਿਕ ਧੰਨਵਾਦ ਵੀ ਕਰਦਾ ਉਹਨਾਂ ਦਾ, ਉਹਨਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਬਹੁਤ ਮਿਹਰਬਾਨੀ ਜੀ ਜੁੜਨ ਦੇ ਵਾਸਤੇ। ਤੇ ਗਿੱਲ ਸਾਹਿਬ, ਅਸੀਂ ਗੱਲ ਕਰੀਏ ਇਲੈਕਸ਼ਨ ਦੀ, ਕਿਉਂਕਿ ਦੌਰ ਇਲੈਕਸ਼ਨ ਦਾ ਸਮੁੱਚੇ ਦੇਸ਼ ਦੇ ਵਿਚ ਵੋਟਾਂ ਪੈ ਰਹੀਆਂ। ਦੂਜਾ ਗੇੜ ਹੈ ਜਿਹੜਾ ਕਈ ਥਾਵਾਂ ਦੇ ਉੱਤੇ ਅੱਜ ਹੋਇਆ, 95 ਸੀਟਾਂ ਦੇ ਉੱਤੇ ਅੱਜ ਵੋਟਾਂ ਪਈਆਂ, ਕਿਵੇਂ ਰਿਹਾ ਜੀ ਮਾਹੌਲ? ਅੱਜ 95 ਸੀਟਾਂ ਜਿਹੜੀਆਂ ਸੀ ਇਹ 11 ਰਾਜਾਂ ਚ ਤੇ ਇੱਕ UP ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ, ਇਹ ਉੱਥੇ ਚੋਣਾਂ ਹੋਈਆਂ 95 ਸੀਟਾਂ ਦੇ ਉੱਤੇ। ਹਾਲਾਂਕਿ 2 ਸੀਟਾਂ ਦੀਆਂ ਚੋਣਾਂ ਅੱਜ ਮੁਲਤਵੀ ਵੀ ਹੋਈਆਂ, ਜਿਨ੍ਹਾਂ ਚੋਂ ਇੱਕ ਬੈਲੂਰ, ਤਾਮਿਲਨਾਡੂ ਦੀ ਬੈਲੂਰ ਸੀਟ ਸੀ, ਜਿੱਥੇ ਕਰੋੜਾਂ ਰੁਪਏ ਨਗਦ ਮਿਲਣ ਕਰਕੇ ਇਹ ਜਿਹੜੀ ਚੋਣ ਸੀ ਇਹਨੂੰ ਰੱਦ ਕਰ ਦਿੱਤਾ ਗਿਆ ਰਾਸ਼ਟਰਪਤੀ ਵੱਲੋਂ ਚੋਣ ਕਮਿਸ਼ਨ ਦੀ ਸਿਫਾਰਿਸ਼ ਤੇ। ਤੇ ਦੂਸਰੀ ਸੀਟ ਸੀਗੀ ਤ੍ਰਿਪੁਰਾ ਦੀ, ਪੂਰਬੀ ਤ੍ਰਿਪੁਰਾ, ਉੱਥੇ 2 ਸੀਟਾਂ ਨੇ, ਪੂਰਬੀ ਤੇ ਪੱਛਮੀ, ਤੇ ਉਹ ਵੀ ਮੁਲਤਵੀ ਕਰ ਦਿੱਤੀ ਗਈ ਹੈ 23 ਅਪ੍ਰੈਲ ਤੱਕ ਲਈ, ਕਿਉਂਕਿ ਉੱਥੇ ਹਿੰਸਾ ਦੀਆਂ ਬਹੁਤ ਜ਼ਿਆਦਾ ਖ਼ਬਰਾਂ ਸੀ, ਉਹਦੇ ਕਰਕੇ ਮਤਲਬ ਹਾਲਤ ਖਰਾਬ ਹੋ ਗਈ ਸੀ ਤੇ ਉਹ ਜਿਹੜੀ ਚੋਣ ਆ ਉਹ ਅੱਗੇ ਪਾ ਦਿੱਤੀ ਗਈ। ਤੇ ਅੱਜ ਜਿਹੜੀਆਂ 95 ਸੀਟਾਂ ਦੇ ਉੱਤੇ ਚੋਣ ਹੋਈ ਆ, ਇਹਦੇ ਚ 61.12% ਇਲੈਕਸ਼ਨ ਕਮਿਸ਼ਨ ਵੱਲੋਂ ਡਿਕਲੇਅਰ ਕੀਤਾ ਗਿਆ ਵੀ ਕੁੱਲ ਵੋਟਾਂ ਪਈਆਂ ਨੇ ਸ਼ਾਮ ਨੂੰ 5 ਵਜੇ ਤੱਕ, ਕੁਛ ਥਾਵਾਂ ਦੇ ਉੱਤੇ 6 ਵਜੇ ਤੱਕ ਵੀ, ਕਿਉਂਕਿ ਜਿੱਥੇ VVPAT ਵਾਲਾ ਮਸਲਾ ਸੀਗਾ ਜਿਹਨਾਂ ਸੀਟਾਂ ਦੇ ਉੱਤੇ, ਉੱਥੇ ਸਮਾਂ 1 ਘੰਟਾ ਵੱਧ ਦਿੱਤਾ ਗਿਆ ਸੀ ਕਿਉਂਕਿ ਉਹ ਥੋੜਾ ਸਮਾਂ ਜ਼ਿਆਦਾ ਲੈਂਦੀ ਆ। ਤੇ ਅੱਜ ਦੇ ਜਿਹੜੇ ਮੁੱਖ ਸੀਗੇ ਉਹਨਾਂ ਚੋਂ ਸਭ ਤੋਂ ਵੱਧ ਜਿੱਥੇ ਵੋਟਾਂ ਪਈਆਂ ਉਹ ਜ਼ਿਆਦਾ ਸੀਟਾਂ ਸੀ ਤਾਮਿਲਨਾਡੂ ਦੀਆਂ, 47 ਵਿਚੋਂ 38, ਤੇ ਉੱਥੇ ਨਾਲ ਹੀ 18 ਵਿਧਾਨ ਸਭਾ ਦੇ ਹਲਕੇ ਵੀ ਸੀ ਉਹਨਾਂ ਚ ਵੀ ਵੋਟਾਂ ਪੈਣੀਆਂ ਸੀ, ਤੇ ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 10, ਉੱਤਰ ਪ੍ਰਦੇਸ਼ ਦੀਆਂ 8, ਅਸਾਮ, ਬਿਹਾਰ ਤੇ ਉੜੀਸਾ ਦੀਆਂ 5-5, ਛੱਤੀਸਗੜ੍ਹ ਤੇ ਬੰਗਾਲ ਚ 3-3, ਜੰਮੂ ਕਸ਼ਮੀਰ ਦੀਆਂ 2 ਤੇ ਮਣੀਪੁਰ ਦੀ 1 ਤੇ ਪੁਡੂਚੇਰੀ ਦੀ 1 ਸੀਟ, ਇੱਥੇ ਚੋਣਾਂ ਹੋਈਆਂ। ਤੇ ਅੱਜ ਜਿਹੜਾ ਸਭ ਤੋਂ ਮਾੜਾ ਪੱਖ ਰਿਹਾ ਉਹ ਜਿੱਥੇ ਛੱਤੀਸਗੜ੍ਹ ਦੇ ਵਿੱਚ ਇੱਕ ਪੋਲਿੰਗ ਅਫਸਰ ਜਿਹੜੀ ਲੇਡੀ ਸੀ ਉਹਨੂੰ ਨਕਸਲਵਾੜੀਆਂ ਨੇ ਉਹਦਾ ਕਤਲ ਕਰ ਦਿੱਤਾ, ਉੱਥੇ ਫਿਰ ਵੋਟਾਂ ਰੱਦ ਹੋ ਗਈਆਂ। ਤੇ ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ 4 ਜ਼ਿਲ੍ਹਿਆਂ ਚ ਵੀ ਦੱਬ ਕੇ ਹਿੰਸਾ ਹੋਈ ਹੈ, ਤੇ ਉੱਥੇ ਜਿਹੜੇ CPM ਦੇ ਮੌਜੂਦਾ ਗਰੁੱਪ ਲੀਡਰ ਵੀ ਨੇ ਤੇ ਪੱਛਮੀ ਬੰਗਾਲ ਦੇ ਕਿਸੇ ਵੇਲੇ ਗ੍ਰਹਿ ਮੰਤਰੀ ਰਹੇ ਨੇ ਮੁਹੰਮਦ ਸਲੀਮ, ਘੱਟ ਗਿਣਤੀਆਂ ਚ ਉਹਨਾਂ ਦਾ ਨਾਂ ਸਭ ਤੋਂ ਉੱਪਰ ਲਿਆ ਜਾਂਦਾ, ਉਹਨਾਂ ਦੀ ਗੱਡੀ ਦੀ ਭੰਨ ਤੋੜ ਕੀਤੀ ਹੈ ਤੇ ਕਾਫੀ ਸੱਟਾ ਫਿੱਟਾ ਵੀ ਉੱਥੇ ਕਾਫੀ ਕੁਛ ਹੋਇਆ। ਤੇ ਉਹਦੇ ਚ ਜਿਹੜੀ ਲੋਕਲ ਪੁਲਿਸ ਸੀ ਉਹਦਾ ਰੋਲ ਥੋੜਾ ਜ਼ਿਆਦਾ ਮਾੜਾ ਨਜ਼ਰ ਆਇਆ, ਜਦਕਿ ਜੇ ਮਾੜਾ ਮੋਟਾ ਉੱਥੇ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਇਹ ਕਹਿ ਲਈਏ ਵੀ ਜੇ ਕੋਈ ਜਾਨ ਜਾਣ ਤੋਂ ਬਚ ਗਈ ਤੇ ਉਹਦੇ ਚ ਰੋਲ ਜਿਹੜੀਆਂ ਕੇਂਦਰੀ ਏਜੰਸੀਆਂ ਸੀ ਜਿਵੇਂ BSF ਤੇ CRPF ਜਾਂ CISF ਉਹਨਾਂ ਨੇ ਕੁਛ ਥੋੜਾ ਜਿਹਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹਨਾਂ ਨੇ ਹੱਥ ਗੋਲੇ ਬਿਨਾਂ ਸਿੱਟੇ ਅਥਰੂ ਗੈਸ ਦੇ, ਤਾਂ ਫਿਰ ਉਹ ਥੋੜਾ ਕੰਟਰੋਲ ਚ ਹੋਇਆ। ਤੇ ਉਂਝ ਅੱਜ ਜੇ ਆਪਾਂ ਦੇਖੀਏ ਤਾਂ ਇਸ ਤੋਂ ਬਿਨਾਂ ਜਿਹੜੀ ਇਲੈਕਸ਼ਨ ਨਾਲ ਹੀ ਜੁੜੀ ਹੋਈ ਗੱਲ ਹੈ ਉਹਦੇ ਚ BJP ਦੇ ਇੱਕ ਵੱਡੇ ਨੇਤਾ ਨੇ, ਕੇਂਦਰ ਚ ਵਜ਼ੀਰ ਵੀ ਨੇ, ਮੁਖਤਾਰ ਅਬਾਸ ਨਕਵੀ ਸਾਹਿਬ ਜਿਹੜੇ ਉਹਨਾਂ ਦੇ ਘੱਟ ਗਿਣਤੀਆਂ ਦਾ ਚਿਹਰੇ ਦੇ ਤੌਰ ਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਨੇ, ਉਹਨਾਂ ਨੇ ਵੀ ਪਿਛਲੇ ਦਿਨੀ ਜਿੱਦਾਂ ਜੋਗੀ ਜੀ ਨੇ ਭਾਰਤੀ ਸੈਨਾ ਨੂੰ ਮੋਦੀ ਦੀ ਸੈਨਾ ਕਿਹਾ ਸੀ, ਉਸੇ ਦਿਨ ਹੀ ਚਾਵਲ ਕੇ ਇਹਨੇ ਵੀ ਕਹਿਤਾ ਵੀ ਮੋਦੀ ਦੀ ਸੈਨਾ ਨੇ ਇਹ ਕੀਤਾ। ਉਹ ਜੋਗੀ ਨੂੰ ਤਾਂ ਉੱਥੇ ਨੋਟਿਸ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਸੀ ਤੇ ਉਹਨੂੰ 72 ਘੰਟੇ ਲਈ ਪ੍ਰਚਾਰ ਤੋਂ ਵੀ ਬੈਨ ਕਰਤਾ ਸੀ, ਪਰ ਇਹਨੂੰ ਉਦੇ ਕਿਸੇ ਨੇ ਪੁੱਛਿਆ ਨੀ ਗਾ। ਪਰ ਅੱਜ ਜਦੋਂ ਜ਼ਿਆਦਾ ਹੀ ਰੌਲਾ ਪੈ ਗਿਆ ਕਿਉਂਕਿ ਉਹ TV ਚੈਨਲਾਂ ਦੇ ਉੱਤੇ ਚੱਲਿਆ, ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦੀ ਚਰਚਾ ਹੋਈ, ਤਾਂ ਇਲੈਕਸ਼ਨ ਕਮਿਸ਼ਨ ਨੇ ਅੱਜ ਇਹਨਾਂ ਨੂੰ ਵੀ ਨੋਟਿਸ ਦਿੱਤਾ ਜੀ। ਪਰ ਉਂਝ ਆਵਾਸ ਨਕਵੀ ਸਾਹਿਬ ਦਾ ਸਸਤੇ ਚ ਛੁਟਕਾਰਾ ਹੋ ਗਿਆ ਕਿਉਂਕਿ ਇਹਨਾਂ ਦੇ ਉੱਤੇ ਰੋਕ ਕੋਈ ਨੀ ਲਾਈ, ਇਹਨਾਂ ਨੂੰ ਇੰਨਾ ਕਹਿ ਕੇ ਇਲੈਕਸ਼ਨ ਕਮਿਸ਼ਨ ਨੇ ਛੱਡਤਾ ਭਾਈ ਗਰਾਂ ਨੂੰ ਖਿਆਲ ਜੀ। ਹਾਂਜੀ, ਇਹਦਾ ਹੈਗਾ ਜਿਹੜਾ ਇਸ ਤੋਂ ਬਿਨਾਂ ਇੱਕ ਹੋਰ ਸਿੱਧੂ ਸਾਹਿਬ ਮੈਂ ਇਹਨੂੰ ਨਿਮੇੜ ਦਿਆਂ, ਕਿਉਂਕਿ ਜਿਹੜਾ ਚੋਣਾਂ ਦਾ ਸਾਰੇ ਦੇਸ਼ ਦਾ ਮਾਹੌਲ ਆ, ਤੇ ਜਿਵੇਂ ਅੱਜ ਇੱਕ ਬੁਲੰਦਸ਼ਹਿਰ ਦੇ ਜਿਹੜਾ ਲੋਕ ਸਭਾ ਸੀਟ ਹੈ ਜੀ, ਉੱਥੇ BJP ਦੇ ਸਿਟਿੰਗ MP ਵੀ ਨੇ ਤੇ ਇਸ ਵੇਲੇ ਉਹ ਚੋਣ ਵੀ ਲੜ ਰਹੇ ਨੇ, ਭੋਲਾ ਸਿੰਘ ਉਹਨਾਂ ਦਾ ਨਾਂ ਹੈ। ਉਹ ਮਤਲਬ ਇੱਕ ਪੋਲਿੰਗ ਬੂਥ ਦੇ ਅੰਦਰ ਗਏ ਤੇ ਉਹਨਾਂ ਨੇ ਜਾ ਕੇ ਉੱਥੇ ਜਿਹੜੀ ਉਹ ਵੋਟਾਂ ਵਾਲੀ ਮਸ਼ੀਨ IVM ਦੇ ਕੋਲੇ ਖੜ ਗਏ
ਉੱਥੇ ਲੋਕਾਂ ਨੂੰ ਅੰਦਰ ਕਾਫੀ ਕੁਛ ਕਹਿੰਦੇ ਰਹੇ, ਸਟਾਫ ਨੂੰ ਬੋਲਦੇ ਬੋਲਦੇ ਰਹੇ, ਤੇ ਉੱਥੇ ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਡਿਪਟੀ ਕਮਿਸ਼ਨਰ ਸਾਹਿਬ ਦਾ ਫੋਨ ਉਹ ਸੁਰੱਖਿਆ ਹਮਲੇ ਦੇ ਜਿਹੜੇ ਮੁਖੀ ਸੀ ਉਹਨਾਂ ਦੇ ਕੰਨ ਨੂੰ ਲਾਤਾ, ਲਓ ਜੀ ਗੱਲ ਕਰੋ। ਤੇ ਸਾਹਮਣੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਬੋਲ ਰਹੇ ਸੀ, ਜ਼ਿਲ੍ਹਾ ਚੋਣ ਅਫਸਰ ਵੀ ਹੁੰਦੇ ਨੇ ਉਹ ਜੀ, ਉਹਨਾਂ ਨੇ ਕਿਹਾ ਕੋਈ ਗੱਲ ਨੀ ਇਹਨਾਂ ਨੂੰ ਰਹਿਣ ਦਿਓ। ਤੇ ਉਹ ਅੰਦਰ ਰਹੇ ਪਰ ਇਹ ਦੋ ਤਿੰਨ ਚੈਨਲਾਂ ਨੇ ਲਾਈਵ ਦਿਖਾਤਾ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹਦੇ ਉੱਤੇ ਨੋਟਿਸ ਲੈਣਾ ਪਿਆ ਤੇ ਫਿਰ ਉਹਨਾਂ ਨੂੰ ਦਿਨ ਭਰ ਲਈ ਸਿੱਧੂ ਸਾਹਿਬ ਅੱਜ ਘਰ ਚ ਨਜ਼ਰਬੰਦ ਕੀਤਾ ਗਿਆ ਜੀ। ਹਾਲਾਂਕਿ ਡੀਸੀ ਉੱਤੇ ਕੋਈ ਕਾਰਵਾਈ ਹਾਲੇ ਤੱਕ ਹੋਣ ਦੀ ਕੋਈ ਖ਼ਬਰ ਨਹੀਂ ਆਈ ਹੈ। ਇੰਨੀ ਕੁ ਗੱਲ ਜ਼ਰੂਰ ਆਈ ਹੈ ਵੀ ਉਹ ਜਿਹੜੇ ਭੋਲਾ ਸਿੰਘ ਸੀਗੇ ਉਹਨਾਂ ਨੂੰ ਵੋਟਾਂ ਪੈਣ ਦੇ ਸਮਾਂ ਪੂਰਾ ਹੋਣ ਤੱਕ ਘਰ ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਹਾਂਜੀ ਹੋਰ ਦੱਸੋ ਗਿੱਲ ਸਾਹਿਬ, ਇੱਕ ਚੀਜ਼ ਤੁਸੀਂ ਬੈਲੂਰ ਦੀ ਗੱਲ ਕੀਤੀ ਕਿ ਉੱਥੇ ਚੋਣ ਕਮਿਸ਼ਨ ਇਨਕਮ ਟੈਕਸ ਦੀ ਰੇਡ ਪੈ ਗਈ ਰਾਸ਼ਟਰਪਤੀ ਦੇ ਹੁਕਮਾਂ ਦੇ ਉੱਤੇ, ਚੋਣ ਰੱਦ ਹੋ ਗਈ, ਪਰ ਸਵਾਲ ਇਹ ਬਹੁਤ ਵੱਡਾ ਖੜਾ ਹੋ ਰਿਹਾ ਕਿ ਅਸੀਂ ਨੀ ਕਹਿੰਦੇ ਕਿ ਲੀਡਰ ਦੁੱਧ ਧੋਤੇ ਨੇ ਜਿਨ੍ਹਾਂ ਤੋਂ ਸਮਾਨ ਫੜਿਆ ਜਾਂਦਾ, ਪੈਸੇ ਫੜੇ ਜਾਂਦੇ ਨੇ ਵੱਡੀ ਤਾਦਾਦ ਦੇ ਵਿੱਚ, ਪਰ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਰੇਡ ਉੱਥੇ ਕਿਉਂ ਨੀ ਪੈਂਦੀਆਂ, ਉਹਨਾਂ ਥਾਵਾਂ ਦੇ ਉੱਤੇ ਐਕਸ਼ਨ ਕਿਉਂ ਨੀ ਲਏ ਜਾਂਦੇ ਜਿੱਥੇ ਕਾਂਗਰਸ ਹੈ ਜਾਂ ਹੋਰ ਤਰ੍ਹਾਂ, ਉੱਥੇ ਇਹੋ ਜਿਹੇ ਐਕਸ਼ਨ ਲਏ ਜਾ ਰਹੇ ਆ। ਸੋ ਇਹ ਦਿਸਦਾ ਨੀ ਜੀ ਇਨਕਮ ਟੈਕਸ ਨੂੰ ਕਿ ਹੋਰਾਂ ਥਾਵਾਂ ਦੇ ਉੱਤੇ ਵੀ ਇਹੋ ਜਿਹਾ ਕੁਛ ਹੁੰਦਾ ਹੋ। ਸਿੱਧੂ ਸਾਹਿਬ, ਉਸ ਦਿਨ ਤੁਹਾਡੀ ਗੈਰਹਾਜ਼ਰੀ ਵਿੱਚ ਪਿਛਲੇ ਹਫ਼ਤੇ ਵੀ ਮੈਂ ਇਸ ਗੱਲ ਦੀ ਚਰਚਾ ਤਾਂ ਕੀਤੀ ਸੀ ਜੀ, ਲੇਕਿਨ ਉੱਥੇ ਥੋੜੀ ਅਧੂਰੀ ਰਹਿ ਗਈ, ਅੱਜ ਇਹਨੂੰ ਹੁਣ ਪੂਰੀ ਕਰਾ ਦੇ ਆਪਾਂ ਜੀ, ਕਿਉਂਕਿ ਹੁਣ ਤੱਕ ਇਲੈਕਸ਼ਨ ਕਮਿਸ਼ਨ ਜਿਹੜਾ ਸੀ ਭਾਰਤ ਦਾ, ਉਹ ਕਦੇ ਨਰਮ ਤੇ ਕਦੇ ਗਰਮ ਜ਼ਰੂਰ ਰਿਹਾ ਜੀ। ਕਦੇ ਕਦੇ ਬੜੀ ਨਰਮੀ ਵਾਲਾ ਇਲੈਕਸ਼ਨ ਕਮਿਸ਼ਨ ਰਿਹਾ ਜਿਹੜਾ ਕਿਸੇ ਨੂੰ ਕਹਿੰਦੇ ਹੀ ਕੁਛ ਨੀ ਸੀ, ਸੀਲ ਗਰਾਂਗ ਨੂੰ ਜੋ ਹੋਈ ਜਾਂਦਾ ਠੀਕ ਹੈ, ਤੇ ਕਦੇ ਕਦੇ ਟੀ ਐਨ ਸ਼ੇਸ਼ਨ ਵਰਗੇ ਇਲੈਕਸ਼ਨ ਕਮਿਸ਼ਨ ਵੀ ਆਏ ਜਿਨ੍ਹਾਂ ਨੇ ਵੱਡਿਆਂ ਵੱਡਿਆਂ ਨੂੰ ਬਾਣੀ ਪਾ ਤਾ, ਤੇ ਉਹਨਾਂ ਨੇ ਦੱਸਿਆ ਵੀ ਅਸਲ ਤਾਕਤ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਕੀ ਆ। ਇਲੈਕਸ਼ਨ ਕਮਿਸ਼ਨ ਗਰਮ ਨਰਮ ਤਾਂ ਜ਼ਰੂਰ ਰਹੇ, ਪਰ ਹੁਣ ਤੱਕ ਭਾਰਤ ਦੇ ਇਤਿਹਾਸ ਚ 70 ਸਾਲਾਂ ਚ ਕਦੇ ਵੀ ਇਲੈਕਸ਼ਨ ਕਮਿਸ਼ਨ ਦੀ ਨਿਰਪੱਖਤਾ ਦੇ ਉੱਤੇ ਉਂਗਲ ਨਹੀਂ ਸੀ ਉੱਠੀ। ਇਹ ਪਹਿਲਾ ਸਮਾਂ ਹੈ ਹੁਣ ਤੱਕ ਦੇ ਇਤਿਹਾਸ ਦਾ ਵੀ ਇਲੈਕਸ਼ਨ ਕਮਿਸ਼ਨ ਦੀ ਨਿਰਪੱਖਤਾ ਉੱਤੇ ਉਂਗਲ ਉੱਠ ਰਹੀ ਆ ਜੀ। ਤੇ ਜੇ ਤਾਂ ਮੱਧ ਪ੍ਰਦੇਸ਼ ਦੇ ਵਿੱਚ ਇਨਕਮ ਟੈਕਸ ਵਾਲੇ ਰੇਡ ਕਰਨ, ਈਡੀ ਵਾਲੇ ਰੇਡ ਕਰਨ, ਤਾਂ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਇਹ ਤਾਂ ਏਜੰਸੀਆਂ ਦਾ ਕੰਮ ਹੈ, ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਕੋਈ ਦਖਲ ਨਹੀਂ ਜੀ। ਪਰ ਜੇ ਜਾਂਚ ਏਜੰਸੀ ਪੰਜਾਬ ਦੇ ਵਿੱਚ ਕੋਈ ਜਿਹੜੀ ਵਿਸ਼ੇਸ਼ ਜਾਂਚ ਏਜੰਸੀ ਆ, ਉਹ ਜੇ ਕੋਈ ਜਾਂਚ ਕਰ ਰਹੀ ਆ ਤਾਂ ਉਹ ਪਹਿਲਾਂ ਤੋਂ ਜਾਂਚ ਚੱਲ ਰਹੀ ਆ, ਉਹਦੇ ਇੱਕ ਅਫਸਰ ਨੂੰ ਬਦਲ ਵੀ ਦਿੰਦਾ ਇਲੈਕਸ਼ਨ ਕਮਿਸ਼ਨ। ਤੇ ਇੱਥੋਂ ਪਤਾ ਲੱਗਦਾ ਵੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਨਿਰਪੱਖਤਾ ਉਹ ਇੱਕ ਹੀ ਸਾਫ਼ ਦਿਖਾਈ ਦਿੰਦੀ ਆ ਵੀ ਨਿਰਪੱਖਤਾ ਦੀ ਗੱਲ ਰਹੀ ਨੀ। ਇਲੈਕਸ਼ਨ ਕਮਿਸ਼ਨ ਵੀ ਜਿਵੇਂ ਹੁਣ ਨਕਵੀ ਸਾਹਿਬ ਨੂੰ ਤਾਂ ਇੰਨਾ ਕਹਿ ਕੇ ਛੱਡਤਾ ਵੀ ਕੋਈ ਗੱਲ ਨੀ ਭਾਈ ਗਾਹ ਨੂੰ ਖਿਆਲ ਰੱਖੀ, ਤੇ ਜਦੋਂ ਜੋਗੀ ਉੱਤੇ ਐਕਸ਼ਨ ਲੈਣ ਦਾ ਮੁੱਦਾ ਆਇਆ ਤੇ ਨਾਲ ਹੀ ਮਾਇਆਵਤੀ ਲਵੇਟ ਲਈ ਤੇ ਨਾਲ ਹੀ ਦੋ ਹੋਰ ਲਵੇਟ ਲਏ। ਤੇ ਪਰ ਜੇ ਆਪਾਂ ਕੁੱਲ ਮਿਲਾ ਕੇ ਦੇਖਾਂਗੇ ਤਾਂ ਬੀਜੇਪੀ ਪ੍ਰਤੀ ਉਹਨਾਂ ਦਾ ਨਰਮ ਗੋਸ਼ਾ ਜਿਹੜਾ ਉਹ ਦਿਖਾਈ ਦਿੰਦਾ ਜੀ। ਤੇ ਜਿਹੜੀ ਇਹ ਆਹ ਜਿਹੜਾ ਮਸਲਾ ਆਪਾਂ ਬੈਲੂਰ ਦੀ ਗੱਲ ਕੀਤੀ ਆ ਜੀ, ਇੱਥੇ ਜਿਹੜਾ ਰੇਡ ਹੋਈ ਤੇ ਉਹਦੇ ਚ ਕਾਫੀ ਪੈਸਾ ਮਿਲਿਆ, ਤੇ ਪੈਸਾ ਤਾਂ ਹੋਰਾਂ ਥਾਵਾਂ ਤੇ ਵੀ ਬਹੁਤ ਮਿਲਿਆ, ਪੈਸਾ ਤਾਂ ਮੱਧ ਪ੍ਰਦੇਸ਼ ਵੀ ਬੜਾ ਮਿਲਿਆ, ਪਰ ਉੱਥੇ ਤਾਂ ਕੋਈ ਚੋਣ ਨੀ ਰੱਦ ਹੋਈ। ਪੈਸਾ ਤਾਂ ਪੰਜਾਬ ਚ ਵੀ ਆਹ ਪਾਦਰੀ ਵਾਲੇ ਮਾਮਲੇ ਚ ਰੌਲਾ ਪਈ ਜਾਂਦਾ ਵਾ, ਇੱਥੇ ਕੁਛ ਨੀ ਹੋਇਆ। ਸੋ ਮਤਲਬ ਇਹ ਜਿਹੜੀਆਂ ਗੱਲਾਂ ਨੇ ਇੱਥੋਂ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਦਾਲ ਚ ਕਾਲਾ ਜ਼ਰੂਰ ਹੈਗਾ। ਇੱਕ ਗੱਲ ਤੁਸੀਂ ਤਾਂ ਖੈਰ ਕਿਉਂਕਿ ਮੂਵਮੈਂਟਾਂ ਚ ਰਹੇ ਹੋ, ਚਰਚਾ ਬਹੁਤ ਚੱਲਦੀ ਰਹੀ ਹਨਾ ਕਿ ਇੱਕ ਗਧਾ ਫਿਰਦਾ ਸੀ, ਜ਼ਿਮੀਂਦਾਰਾਂ ਦੇ ਮੁੰਡੇ ਇਕੱਠੇ ਹੋ ਗਏ, ਉਹ ਗਧੇ ਤੇ ਝੂਟਣ ਲੱਗ ਗਏ, ਗਧਾ ਕਿਤੇ ਸਵਾਰੀ ਵਾਲੀਆਂ ਚੜ ਜਾਂਦੀਆਂ ਸੀ, ਮਰ ਗਿਆ, ਯੰਤਰੀ ਖਲਾਈ, ਯੰਤਰੀ ਦੇ ਵਿੱਚੋਂ ਨਿਕਲਿਆ ਕਿ ਪੰਡਿਤ ਜੀ ਕਹਿੰਦੇ ਵੀ ਇਹ ਤਾਂ ਹੁਣ ਸੁਣੋ ਗਧੇ ਦੀ ਥਾਂ ਦੇ ਉੱਤੇ ਕੋਈ ਨਾ ਕੋਈ ਦਾਨ ਦੇਣਾ ਪਊ। ਮੇਰੇ ਵਰਗਾ ਸਿਰਜਾ ਖੁਰਕ ਕੇ ਕਹਿੰਦਾ ਇੱਕ ਸੋਡਾ ਆਨੰਦ ਗੋਪ ਵੀ ਵਿੱਚ ਸੀ, ਫਿਰ ਕਹਿੰਦਾ ਜੀ ਯੰਤਰੀ ਦੁਬਾਰਾ ਦੇਖਣੀ ਪਊ। ਉਹੀ ਚਰਚਾ ਕਿ ਤਿੰਨ ਕੁ ਮੁੰਡੇ ਨਾਈਆਂ ਦੇ ਜੱਟਾਂ ਦੇ, ਇੱਕ ਆਨੰਦ ਗੋਪ ਜੀ ਗਧਾ ਮਰ ਗਿਆ, ਆਪ ਕਿਸੇ ਨੂੰ ਕੀ ਦੋਸ਼ ਜੀ। ਸੋ ਚੋਣ ਕਮਿਸ਼ਨ ਮੈਨੂੰ ਲੱਗਦਾ ਉਹੀ ਕੁਛ ਕਰ ਰਿਹਾ ਜੀ। ਬਿਲਕੁਲ ਜੀ, ਬਿਲਕੁਲ ਇਹੀ ਗੱਲ ਆ। ਹੁਣ ਜਦੋਂ ਆਨੰਦ ਗੋਪ ਦਾ ਨਾਂ ਵਿੱਚ ਆ ਗਿਆ ਤਾਂ ਫਿਰ ਇਲੈਕਸ਼ਨ ਕਮਿਸ਼ਨ ਦਾ ਵੀ ਮੂੰਹ ਬੰਦ ਹੋ ਜਾਂਦਾ ਜੀ। ਤੇ ਅਗਲੀ ਗੱਲ ਕਰੀਏ ਜੀ, ਅਸੀਂ ਤੁਸੀਂ ਪਾਦਰੀ ਹੋਰਾਂ ਦਾ ਜ਼ਿਕਰ ਕਰ ਹੀ ਲਿਆ, ਇੱਕ ਮੁਖਬਰ ਅੜਕੇ ਆ ਗਿਆ, ਪੁਲਿਸ ਵਾਲੇ ਵੈਸੇ ਤਾਂ ਅਣਪਛਾਤੀਆਂ ਥਾਵਾਂ ਤੋਂ ਬਥੇਰਾ ਕੁਛ ਲੱਭ ਲੈਂਦੇ ਹੁੰਦੇ ਆ, ਫਿਰ ਇਹ ਕਿਉਂ ਨੀ ਲੱਭੇ ਜਾ ਸਕੇ ਆਪਦੇ ਹੀ ਪੁਲਿਸ ਵਾਲੇ, ਉਹਨਾਂ ਦਾ ਤਾਂ ਭੇਤ ਹੀ ਹੋਣਾ। ਸਿੱਧੂ ਸਾਹਿਬ, ਇਹ ਅੱਜ ਨਾ ਜੇ ਦੇਖਿਆ ਜਾਵੇ ਤਾਂ ਉਂਝ ਤਾਂ ਪੰਜਾਬ ਦੀ ਪੁਲਿਸ ਦੁੱਧ ਧੋਤੀ ਕਦੇ ਵੀ ਨਹੀਂ ਰਹੀ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਬਲਕਿ ਉਦੋਂ ਪਹਿਲਾਂ ਅੰਗਰੇਜ਼ਾਂ ਮਿਲੇ ਵੀ
ਜਿਹੜੀ ਪੰਜਾਬ ਦੀ ਪੁਲਿਸ ਉਹ ਅੰਗਰੇਜ਼ਾਂ ਵੇਲੇ ਦੀ ਬਣੀ ਆਉਂਦੀ ਸੀ ਨਾ, ਉਹ ਤਾਂ ਸਾਰੇ ਦੇਸ਼ ਦੀ ਹੋਈ, ਪੰਜਾਬ ਦਾ ਜ਼ਿਆਦਾ ਮਾੜਾ ਹਾਲ ਆ। ਇੱਥੇ ਅੱਜ ਤੱਕ ਉਹੀ ਤੰਤਰ ਚੱਲਿਆ ਆਉਂਦਾ, ਉਹੀ ਮੁਖਬਰੀ ਤੰਤਰ ਹੈ, ਉਹੀ ਕੈਟ ਤੰਤਰ ਹੈ। ਉਹ ਵੱਖ ਵੱਖ ਸਮਿਆਂ ਚ ਚਾਹੇ ਉਹ ਨਕਸਲਵਾੜੀ ਲਹਿਰ ਵੇਲੇ ਹੋਵੇ, ਚਾਹੇ ਖਾਲਿਸਤਾਨੀ ਲਹਿਰ ਵੇਲੇ ਹੋਵੇ, ਤੇ ਅੱਜ ਵੀ ਮਤਲਬ ਜਦੋਂ ਹੁਣ ਕਿ ਇਹੋ ਜਿਹੀ ਕੋਈ ਗੱਲ ਹੈ ਨੀ ਜੀ, ਕੋਈ ਅਮਨ ਕਾਨੂੰਨ ਵਾਲੀ ਉਸ ਲੈਵਲ ਦੀ ਗੱਲ ਕੋਈ ਵੱਡੀ ਲਹਿਰ ਚੱਲ ਰਹੀ ਹੋਵੇ, ਤਾਂ ਵੀ ਮਤਲਬ ਜਿਹੜੇ ਇਹ ਕੈਟ ਨੇ, ਦੋ ਬੜੇ ਮਸ਼ਹੂਰ ਨਾਂ ਖੰਨਾ ਜ਼ਿਲ੍ਹੇ ਦੇ ਵਿੱਚ ਸਾਹਮਣੇ ਆਏ ਨੇ। ਇੱਕ ਤਾਂ ਜਿਹੜੀ ਅੱਜ ਤੁਸੀਂ ਹੁਣੇ ਜ਼ਿਕਰ ਕੀਤਾ ਸੁਰਿੰਦਰ ਸਿੰਘ ਮੁਖਬਰ, ਉਹ ਫੜ ਲਏ ਗਏ ਨੇ, ਕੱਲ ਗ੍ਰਿਫ਼ਤਾਰ ਕਰ ਲਿਆ ਉਹਨਾਂ ਨੂੰ। ਇਹ ਨਸ਼ਹਿਰਾ ਖੁਰਦ ਪਠਾਨਕੋਟ ਦੇ ਰਹਿਣ ਵਾਲੇ ਨੇ। ਤੇ ਇੱਕ ਬੜਾ ਖਤਰਨਾਕ ਨਾਂ ਹੈ ਬੱਬੂ ਬਾਰਾ ਬੋਰ ਜੀ, ਇਹ ਵੀ ਇਹਦਾ ਹੀ ਸਾਥੀ ਆ। ਤੇ ਇਹ ਜਿਹੜਾ ਬੱਬੂ ਬਾਰਾ ਬੋਰ ਆ, ਇਹਦੇ ਬਾਰੇ ਤਾਂ ਇਹ ਵੀ ਚਰਚਾ ਵੀ ਇਹ ਖੰਨੇ ਦੇ ਜਿਹੜੇ ਐਸ ਐਸ ਪੀ ਸਾਹਿਬ ਤੋਂ ਥੱਲੇ ਵਾਲੇ ਪੁਲਿਸ ਅਫਸਰ ਨੇ, ਈਵਨ ਐਸ ਪੀ ਰੈਂਕ ਦੇ ਜਾਂ ਡੀ ਐਸ ਪੀ ਰੈਂਕ ਦੇ ਅਫਸਰ, ਉਹਨਾਂ ਨੂੰ ਹਦਾਇਤਾਂ ਦੇਣ ਤੱਕ ਵੀ ਇਹਦਾ ਨਾਂ ਆਉਂਦਾ ਕਈ ਵਾਰ, ਵੀ ਜਾ ਕੇ ਡੀ ਐਸ ਪੀ ਦੀ ਕੁਰਸੀ ਤੇ ਵੀ ਬਹਿ ਜਾਂਦੇ ਨੇ, ਤੇ ਜਿਹੜਾ ਸੀ ਆਈ ਏ ਇੰਚਾਰਜ ਉਹਦੀ ਕੁਰਸੀ ਤੇ ਅਕਸਰ ਕਹਿੰਦੇ ਬੈਠੇ ਦੇਖੇ ਗਏ ਨੇ। ਤੇ ਬਠਿੰਡੇ ਦੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਵੱਡੇ ਪੁਲਿਸ ਅਫਸਰਾਂ ਨਾਲ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ। ਹੈਰਾਨੀ ਦੀ ਗੱਲ ਤਾਂ ਸਿੱਧੂ ਸਾਹਿਬ ਇਹ ਆ ਵੀ ਪੁਲਿਸ ਜਿੱਥੋਂ ਕਿ ਕੋਈ ਚੀਜ਼ ਫੜਦੀ ਆ ਉਹਨੂੰ ਉੱਥੇ ਦਿਖਾਉਣ ਚ ਵੈਸੇ ਹਰਜ ਕੀ ਆ। ਜੇ ਪੁਲਿਸ ਨੇ ਚੀਜ਼ ਨਾਕੇ ਤੋਂ ਫੜੀ ਆ ਤੇ ਉਹ ਨਾਕੇ ਤੋਂ ਦਿਖਾ ਦੇਵੇ। ਜੇ ਕਿਸੇ ਨੇ ਘਰੇ ਕੋਈ ਚੀਜ਼, ਬੰਦਾ 2 ਕਿਲੋ ਪੀਣ ਘਰੇ ਰੱਖ ਲਵੇ, ਸੜਕ ਤੇ ਤੁਰਿਆ ਜਾਂਦਾ ਨਾ ਹੋਵੇ, ਉਹ ਤੇ ਘਰੇ ਰੱਖਣੀ ਕਿਹੜਾ ਉਹ ਜਾਇਜ਼ ਆ। ਉਹ ਘਰੋਂ ਵੀ ਤਾਂ ਫੜੀ ਜਾ ਸਕਦੀ ਆ, ਉਹਨੂੰ ਘਰੋਂ ਸ਼ੋਅ ਕੀਤਾ ਜਾ ਸਕਦਾ, ਉਹਨੂੰ ਨਾਕੇ ਤੇ ਹੀ ਕਾਹਤੋਂ ਦਿਖਾਇਆ ਜਾਂਦਾ। ਹੁਣ ਇਹ ਇੱਕ ਏਡਾ ਵੱਡਾ ਇਸ਼ੂ ਬਣ ਗਿਆ। ਜੇ ਤੁਸੀਂ ਇਹ ਦੇਖੋ ਵੀ ਜਿਹੜੇ ਧਰੁਵ ਦਈਆ ਜੀ ਨੇ ਆਈ ਪੀ ਐਸ ਅਫਸਰ ਨੇ, ਖੰਨੇ ਦੇ ਐਸ ਐਸ ਪੀ ਨੇ, ਹੁਣ ਤੱਕ ਇਹਨਾਂ ਦਾ ਨਾਂ ਬੜਾ ਚੰਗੇ ਅਫਸਰਾਂ ਚ ਗਿਣਿਆ ਜਾਂਦਾ ਸੀ। ਕਿਸੇ ਵੇਲੇ ਇਹ ਐਸ ਪੀ ਟ੍ਰੈਫਿਕ ਲੁਧਿਆਣਾ ਸੀ, ਇਹਨਾਂ ਨੇ ਹਾਈਕੋਰਟ ਦੇ ਮੌਜੂਦਾ ਜੱਜ ਦੀ ਕਾਰ ਦਾ ਚਲਾਨ ਕਰਤਾ ਤੇ ਉਹ ਨਾਲੇ ਚੈਕਿੰਗ ਕਰਨ ਲਈ ਆਏ ਹੋਏ ਸੀ ਉਹ, ਮਤਲਬ ਇੱਥੋਂ ਦੇ ਜਿਹੜੇ ਨਿਗਰਾਨ ਜੱਜ ਸੀ ਲੁਧਿਆਣਾ ਕਚਹਿਰੀਆਂ ਦੇ, ਉਹਨਾਂ ਦੀ ਕਾਰ ਦਾ ਵੀ ਇਹਨਾਂ ਨੇ ਚਲਾਨ ਕਰਤਾ ਸੀ ਕਿਉਂਕਿ ਰੋਂਗ ਪਾਰਕਿੰਗ ਸੀ, ਗਲਤ ਥਾਂ ਤੇ ਖੜੀ। ਫਿਰ ਇਹਨਾਂ ਦੀ ਬਦਲੀ ਹੋ ਗਈ, ਇਹਨਾਂ ਨੂੰ ਨਵਾਂ ਸ਼ਹਿਰ ਲਾਇਆ, ਇਹਨਾਂ ਨੇ ਉੱਥੇ ਜਾ ਕੇ ਵੀ ਕਈ ਐਸੇ ਮਾਰ ਕੇ ਮਾਰੇ ਜਿਹਦੇ ਕਰਕੇ ਇਹਨਾਂ ਦਾ ਨਾਂ ਸੁਰਖੀਆਂ ਚ ਰਿਹਾ। ਉਸ ਤੋਂ ਬਾਅਦ ਇਹ ਖੰਨੇ ਆ ਗਏ, ਖੰਨੇ ਆ ਕੇ ਵੀ ਇਹਨਾਂ ਨੇ ਬੜਾ ਕੁਛ ਕੀਤਾ। ਹੁਣ ਹੈਰਾਨੀ ਦੀ ਗੱਲ ਤਾਂ ਇਹ ਆ ਸਿੱਧੂ ਸਾਹਿਬ ਵੀ ਹੁਣ ਜਿਹੜੀ ਅੱਜ ਗੱਲ ਸਾਹਮਣੇ ਆਈ ਆ, ਟ੍ਰਿਬਿਊਨ ਚ ਇਸ ਗੱਲ ਦੀ ਬੜੀ ਵੱਡੀ ਚਰਚਾ ਹੋਈ ਆ। ਦਵਿੰਦਰ ਪਾਲ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ, ਬੜੇ ਵੱਡੇ ਪੱਤਰਕਾਰ ਨੇ ਸਾਡੇ, ਸੀਨੀਅਰ ਮਿੱਤਰ ਵੀ ਨੇ ਸਾਡੇ। ਉਹਨਾਂ ਨੇ ਚਰਚਾ ਕਰਦਿਆਂ ਗੱਲ ਕਹੀ ਆ ਵੀ ਹੁਣ ਤਾਂ ਨਵੀਂ ਗੱਲ ਪਤਾ ਲੱਗੀ ਆ ਵੀ ਖੰਨਾ ਪੁਲਿਸ ਜਿਹੜੀ ਆ ਉਹਨਾਂ ਨੇ ਪਿਛਲੇ ਦਿਨਾਂ ਚ ਨਾਈਜੇਰੀਅਨ ਬੜੇ ਫੜੇ ਨੇ ਨਸ਼ੇ ਸਮੇਤ, ਉਹ ਇੱਥੋਂ ਨਹੀਂ ਫੜੇ, ਉਹ ਦਿੱਲੀਓਂ ਫੜ ਫੜ ਲਿਆਉਂਦੇ ਸੀ। ਆਹ ਜਿਹੜੇ ਦੋ ਮੁਖਬਰ ਨੇ ਇਹ ਦੱਸਦੇ ਸੀ ਕਿੱਥੇ ਬੈਠੇ ਨੇ, ਲਿਆਉਂਦੇ ਦਿੱਲੀਓਂ ਸੀ ਫੜ ਕੇ ਤੇ ਹੈਰੋਇਨ ਦਿਖਾਉਂਦੇ ਸੀ ਖੰਨੇ ਚ ਆਈ ਵੀ ਭਾਈ ਤੁਸੀਂ ਆਪਦੇ ਜ਼ਿਲ੍ਹੇ ਚ ਹੀ ਕੰਮ ਕਰ ਲਓ, ਦੂਜੇ ਥਾਵਾਂ ਤੇ ਕਾਹਨੂੰ ਆਪਾਂ ਲੱਤਾਂ ਫਸਾਉਂਦੇ ਫਿਰਦੇ ਹਾਂ। ਦੂਜੀ ਗੱਲ ਇਹ ਵੀ ਇੱਕ ਇਸ਼ੂ ਆ ਗਿਆ ਅੱਜ ਨਵੀਂ ਗੱਲ ਸਾਹਮਣੇ ਆਈ ਆ, ਇਹ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਜੀ ਨੇ ਉਹਨਾਂ ਨੇ ਇਸ਼ੂ ਚੱਕਿਆ ਹੈ। ਉਹਨਾਂ ਦਾ ਕਹਿਣਾ ਇਹ ਆ ਵੀ ਇਲੈਕਸ਼ਨ ਕਮਿਸ਼ਨ ਨੇ, ਕਿਉਂਕਿ ਸਾਰਾ ਪੈਸਾ ਹੁਣ ਇਲੈਕਸ਼ਨ ਕਮਿਸ਼ਨ ਦੇ ਖਾਤੇ ਚ ਪਾਤਾ ਵੀ ਇਹ ਏਡੀ ਭਾਰੀ ਰਕਮ ਜਿਹੜੀ ਹੈ ਇਹ ਪੰਜਾਬ ਚ ਆਈ ਤੇ ਆਈ ਵੀ ਕਿਸੇ ਦੂਜੇ ਸਟੇਟ ਚੋਂ ਆ, ਪਰ ਹੁਣ ਤਾਂ ਸਾਫ਼ ਹੋ ਗਈ ਗੱਲ ਵੀ ਇਹ ਤਾਂ ਕਿਸੇ ਦੇ ਘਰੇ ਪਈ ਸੀ ਰਕਮ। ਜਦਕਿ ਇਲੈਕਸ਼ਨ ਕਮਿਸ਼ਨ ਦੀਆਂ ਜਿੰਨੀਆਂ ਕੁ ਹਦਾਇਤਾਂ ਮੈਂ ਵੀ ਪੜ੍ਹੀਆਂ ਨੇ ਤੇ ਅੱਜ ਦਵਿੰਦਰ ਪਾਲ ਜੀ ਨੇ ਵੀ ਇਸ ਗੱਲ ਦੀ ਚਰਚਾ ਕੀਤੀ ਆ, ਤੇ ਇਲੈਕਸ਼ਨ ਕਮਿਸ਼ਨ ਦੀ ਇਹੋ ਜਿਹੀ ਤਾਂ ਕੋਈ ਹਦਾਇਤ ਨਹੀਂ ਹੈਗੀ ਵੀ ਕਿਸੇ ਦੇ ਘਰੇ ਪੈਸੇ ਨਹੀਂ ਰੱਖੇ ਹੋ ਸਕਦੇ, ਕਿਸੇ ਦੇ ਘਰੇ ਪੈਸੇ ਹੋ ਸਕਦੇ ਨੇ, ਪਰ ਉਹ ਲੈ ਕੇ ਸੜਕਾਂ ਤੇ ਘੁੰਮਣਾ ਜਾਂ ਇੱਧਰ ਉੱਧਰ ਉਹਨਾਂ ਨੂੰ ਮੂਵਮੈਂਟ ਕਰਨੀ ਇਹਦੇ ਉੱਤੇ ਜ਼ਰੂਰ ਮਨਾਹੀ ਆ। ਇਹ ਤਾਂ ਪੈਸੇ ਉਹਦੇ ਘਰੇ ਪਏ ਸੀ ਤਾਂ ਘਰੋਂ ਫੜੇ ਨੇ, ਤੇ ਜੇ ਘਰੋਂ ਫੜੇ ਸੀ ਚਾਹੇ ਮੁਖਬਰ ਦੀ ਇਤਲਾਹ ਸੀ ਉਹ ਪੈਸੇ 2 ਨੰਬਰ ਦੇ ਹੋ ਸਕਦੇ ਨੇ, ਅਜੇ ਤਾਂ ਸ਼ੱਕੀ ਗੱਲ ਆ ਨਾ, ਤੇ ਜੇ ਉੱਥੋਂ ਵੀ ਫੜਨੇ ਸੀ ਤਾਂ ਲੋਕਲ ਪੁਲਿਸ ਨੂੰ ਉੱਥੋਂ ਦੀ ਨੂੰ ਦੱਸਣ ਚ ਕੀ ਹਰਜ ਸੀ। ਤੇ ਸਭ ਤੋਂ ਵੱਡੀ ਗੱਲ ਇਹ ਵੀ ਇਹ ਜਿਹੜੇ ਦੋਨੇ ਥਾਣੇਦਾਰਾਂ ਦਾ ਨਾਂ ਆ ਰਿਹਾ ਨਾ, ਜੋਗਿੰਦਰ ਸਿੰਘ ਦਾ ਤੇ ਰਾਜਦੀਪ ਦਾ, ਇਹ ਦੋਨੇ ਉਦੋਂ ਇੱਕ ਦਿਨ ਪਹਿਲਾਂ ਤੱਕ ਪਟਿਆਲਾ ਜ਼ਿਲ੍ਹੇ ਚ ਤੈਨਾਤ ਸੀ, ਇਹਨਾਂ ਨੂੰ ਆਰਜੀ ਡਿਊਟੀ ਤੇ ਇੱਥੇ ਲਿਆਂਦਾ ਗਿਆ ਸੀ ਤੇ ਆਉਂਦਿਆਂ ਨੇ ਜੱਜ ਚਾੜਤਾ। ਤੇ ਜਿਹੜੀ ਗੱਡੀ ਉੱਥੋਂ ਬਰਾਮਦਗੀ ਕਰਨ ਤੋਂ ਬਾਅਦ ਆ ਰਹੀ ਸੀ ਉਹ ਦੇਖੋ, ਹੁਣ ਸਾਰੇ ਜਹਾਨ ਨੂੰ ਪਤਾ ਵੀ ਜਲੰਧਰ ਤੋਂ ਦਿੱਲੀ ਨੂੰ ਸਿੱਧੀ ਸੜਕ ਜਾਂਦੀ ਆ ਤੇ ਉਹ ਖੰਨੇ ਦੇ ਵਿੱਚ ਦੀ ਜਾਂਦੀ ਆ, ਸ਼ੇਰਸ਼ਾਹ ਸੂਰੀ ਮਾਰਗ ਨੂੰ ਕਹਿੰਦੇ ਨੇ ਨੈਸ਼ਨਲ ਹਾਈਵੇ ਨੰਬਰ 1 ਜੀ, ਪਰ ਪੁਲਿਸ ਦੀ ਗੱਡੀ ਇਸ ਤਰ੍ਹਾਂ ਆਈ ਹੋਈ ਨੀ, ਪੁਲਿਸ ਦੀ ਗੱਡੀ ਜਲੰਧਰੋਂ ਮੋਗੇ ਵੱਲ ਦੀ ਆਉਂਦੀ ਆ ਜੀ। ਤੇ ਇਹ ਬੜੀਆਂ ਸ਼ੱਕੀ ਗੱਲਾਂ ਨੇ, ਤੇ ਧਰੁਵ ਦਈਆ ਜੀ ਜਿਹਨਾਂ ਦਾ ਹੁਣ ਤੱਕ
ਜਿਹੜਾ ਦਾਮਨ ਦਾਗਦਾਰ ਨਹੀਂ ਸੀ, ਇਸ ਗੱਲ ਨੇ ਉਹਨਾਂ ਦਾ ਦਾਮਨ ਵੀ ਦਾਗਦਾਰ ਕਰਤਾ, ਕਿਉਂਕਿ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ। ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਹਰ ਅਫਸਰ ਪੂਰੀ ਡਿਟੇਲ ਦੀ ਜਾਣਕਾਰੀ ਲੈਂਦਾ, ਕਿਉਂਕਿ ਮੂਹਰੇ ਕੋਈ ਪੱਤਰਕਾਰ ਸਵਾਲ ਪੁੱਛ ਸਕਦਾ ਹੁੰਦਾ ਕਿ ਬਾਕੀ ਇਹ ਕਿੱਥੋਂ ਫੜਿਆ, ਕਿਵੇਂ ਫੜਿਆ, ਕਿੰਨੇ ਬੰਦੇ ਸੀ, ਗੱਡੀ ਨੰਬਰ ਕਿੰਨਾ ਸੀ, ਰੰਗ ਕਿਹੋ ਜਿਹਾ ਸੀ, ਬੰਦੇ ਵਿੱਚ ਕਿੰਨੇ ਸੀ, ਕਿਸੇ ਕੋਲ ਹਥਿਆਰ ਤਾਂ ਨਹੀਂ ਸੀ, ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹੁੰਦੇ ਨੇ। ਇਹ ਜਿਹੜਾ ਪੁਲਿਸ ਅਫਸਰ ਪ੍ਰੈਸ ਕਾਨਫਰੰਸ ਕਰਦਾ ਉਹ ਪੂਰੀ ਜਾਣਕਾਰੀ ਜਦ ਲੈਸ ਹੁੰਦਾ, ਤੇ ਧਰੋਬਈਆ ਜੀ ਵੀ ਪੂਰੀ ਤਰ੍ਹਾਂ ਲੈਸ ਹੋਣਗੇ, ਤੇ ਉਹਨਾਂ ਨੇ ਫਿਰ ਇਹ ਕਿਵੇਂ ਸ਼ੋਅ ਕੀਤਾ ਵੀ ਇਹ ਦੁਰਾਹੇ ਲੱਗੇ ਨਾਕੇ ਤੇ ਫੜਿਆ, ਤੇ ਏਡਾ ਵੱਡਾ ਝੂਠ ਬੋਲਣ ਦੀ ਆਖਿਰ ਨੌਬਤ ਕਿਉਂ ਆਈ, ਤੇ ਫਿਰ ਇੰਨਾ ਵੱਡਾ ਪੈਸਾ ਗਾਇਬ ਕਿਵੇਂ ਹੋ ਗਿਆ। ਸਭ ਤੋਂ ਵੱਡੀ ਗੱਲ ਇਹ ਵੀ ਜੇ ਕਿਤੇ ਉਹ ਪਾਦਰੀ, ਜਿਵੇਂ ਆਮ ਲੋਕੀ ਇਹ ਤੋਂ ਕੀਮ ਫੜਦੇ ਨੇ, ਬੜੀ ਉਹ ਚਾਹੇ ਕਿਤੋਂ ਹੋਵੇ ਦਿਖਾ ਦਿੰਦੇ ਨੇ ਨਾਕੇ ਤੋਂ, ਉਹ ਕੀਮ ਵਾਲਾ ਬੰਦਾ ਬੋਲਦਾ ਹੀ ਨੀ ਵੀ ਮੇਰੀ ਤਾਂ ਪਾਲਾ ਨੇ ਤਾਂ ਉਦੋਂ ਬੜੀ ਸੀ। ਇਹ ਤਾਂ ਉਹ ਪਾਦਰੀ ਉਹ ਡਟਿਆ ਰਿਹਾ ਜਿਹਨੇ ਅਖੀਰ ਤੱਕ ਇਸ ਗੱਲ ਤੋਂ ਛੱਡਿਆ ਨੀ ਖਹਿੜਾ ਵੀ ਨਹੀਂ ਇਹ ਤਾਂ ਮੇਰੇ ਘਰੋਂ ਗਿਆ ਵਾ, ਉਹਨੇ ਫਿਰ ਉਹ ਕਾਗਜ਼ ਦਿਖਾ ਤੇ ਬੈਂਕ ਦੇ, ਸੀਸੀਟੀਵੀ ਕੈਮਰਿਆਂ ਚ ਆ ਗਿਆ, ਉਹ ਸਭ ਕੁਛ ਆ ਗਿਆ, ਤਾਂ ਕਿਤੇ ਜਾ ਕੇ ਇਹ ਗੱਲ ਲੰਗੀ ਹੋ ਗਈ, ਨਹੀਂ ਤਾਂ ਸਿੱਧੂ ਸਾਹਿਬ ਆਹ ਜਿਹੜਾ 6-7 ਕਰੋੜ ਆ ਇਹ ਤਾਂ ਹੋ ਗਿਆ ਸੀ ਕਉਕਪ ਜੀ। ਜੀ ਸਰ, ਇਹ ਹੀ ਇੱਕ ਬਹੁਤ ਵੱਡਾ ਮਸਲਾ ਜੀ ਕਿ ਸਾਡੇ ਦੇਸ਼ ਦੇ ਵਿੱਚ ਸਾਰਾ ਕੁਛ ਚੱਲਦਾ। ਅੱਛਾ ਗਿੱਲ ਸਾਹਿਬ, ਇੱਕ ਚੀਜ਼ ਹੋਰ ਹੈ ਕਿ ਜਿਹੜਾ ਇਹ ਜਿਵੇਂ ਨਾਕੇ ਤੋਂ ਫੜਨਾ ਤੇ ਘਰੇ ਜਾ ਕੇ ਰੇਡ ਕਰਨੀ ਆ, ਉਥੋਂ ਕੁਛ ਚੱਕਣਾ, ਤਲਾਸ਼ੀ ਲੈਣੀ, ਇਹਦੇ ਪਿੱਛੇ ਫਿਰ ਉਹ ਵੱਡਾ ਕਾਰਨ ਇਹ ਤਾਂ ਨੀ ਹੁੰਦਾ ਕਿ ਵਾਰੰਟ ਹੈ ਜਿਹੜੇ ਉਹ ਸਾਨੂੰ ਲੈ ਕੇ ਜਾਣੇ ਪੈਣਗੇ ਪੁਲਿਸ ਵਾਲਿਆਂ ਨੂੰ, ਜੇ ਉੱਥੇ ਜਾਣਗੇ ਕਿਸੇ ਦੇ ਘਰੇ ਫਿਰ ਕਾਰਡ ਚ ਕਈ ਚੀਜ਼ਾਂ ਦਿਖਾਉਣੀਆਂ ਪੈਣਗੀਆਂ? ਨਹੀਂ ਸਿੱਧੂ ਸਾਹਿਬ, ਇਸ ਤਰ੍ਹਾਂ ਨੀ ਹੈ। ਉਹਦੇ ਲਈ ਕੀ ਆ ਕਿ ਜਿੰਨੀ ਕੁ ਆਈਪੀਸੀ ਬਾਰੇ ਮੇਰਾ ਗਿਆਨ ਹੈ ਉਹਦੇ ਚ ਇਹ ਹੈ ਵੀ ਜੇ ਮੰਨ ਲਓ ਤੁਸੀਂ ਕਿਤੇ ਨਾਕੇ ਤੇ ਤੁਸੀਂ ਜਾ ਰਹੇ ਹੋ ਰੋਡ ਤੇ, ਤੇ ਤੁਹਾਡੇ ਕੋਲੋਂ ਕੋਈ ਸ਼ੱਕੀ ਚੀਜ਼ ਵੱਜ ਜਾਂਦੀ ਹੈ, ਪੁਲਿਸ ਤੁਹਾਨੂੰ ਰੋਕਦੀ ਆ। ਪੁਲਿਸ ਰਿਮਾਂਡ ਤੋਂ ਪਹਿਲਾਂ ਵੀ ਤਾਂ ਤੁਸੀਂ ਪੁਲਿਸ ਦੇ ਕੋਲ ਹੀ ਰਹਿੰਦੇ ਹੋ ਨਾ, ਪੁਲਿਸ ਰਿਮਾਂਡ ਤਾਂ 24 ਘੰਟੇ ਦੇ ਬਾਅਦ ਜਦੋਂ ਤੁਹਾਨੂੰ ਅਦਾਲਤ ਚ ਪੇਸ਼ ਕਰਕੇ ਉਦੋਂ ਬਾਅਦ ਲੈਣਾ, ਉਦੋਂ ਪਹਿਲਾਂ ਕਿਹੜਾ ਪੁਲਿਸ ਪੁੱਛਗਿੱਛ ਨਹੀਂ ਕਰ ਸਕਦੀ? ਜੇ ਪੁਲਿਸ ਉਦੋਂ ਪਹਿਲਾਂ ਪੁੱਛਗਿੱਛ ਕਰਕੇ ਉਹਦੇ ਦੱਸੇ ਟਿਕਾਣੇ ਤੇ ਜਾ ਕੇ ਛਾਪਾ ਮਾਰ ਕੇ ਕੋਈ ਹੋਰ ਚੀਜ਼ ਬਰਾਮਦ ਕਰ ਲਵੇ, ਇਹ ਕੋਈ ਵੱਡੀ ਗੱਲ ਨਹੀਂ ਹੈ, ਕੀਤਾ ਜਾ ਸਕਦਾ। ਮੰਨ ਲਓ ਕੋਈ ਬੰਦਾ ਦੁਰਾਹੀ ਫੜ ਲਿਆ ਹੋਵੇ, ਥੋੜੇ ਬਹੁਤੇ ਪੈਸੇ ਉਹਦੇ ਕੋਲ ਉੱਥੇ ਮਿਲ ਗਏ ਹੋਣ, ਬਾਕੀ ਉਹਨੇ ਕਹਿਤਾ ਹੋਵੇ ਵੀ ਮੈਂ ਤਾਂ ਜੀ ਉਹ ਪਰਾਦੇ ਤੋਂ ਰੱਖੇ ਪਏ ਨੇ, ਤੇ ਪੁਲਿਸ ਉੱਥੇ ਜਾ ਕੇ ਰੇਡ ਕਰ ਸਕਦੀ ਸੀ ਜੀ, ਲੋਕਲ ਪੁਲਿਸ ਨੂੰ ਸਿਰਫ ਸੂਚਿਤ ਕਰਨਾ ਹੁੰਦਾ। ਇਹ ਤਾਂ ਗੱਲ ਹੀ ਹੋਰ ਨਿਕਲੀ ਵੀ ਬੰਦਾ ਤਾਂ ਇੱਥੋਂ ਕੋਈ ਫੜਿਆ ਹੀ ਨਹੀਂ ਹੈ, ਇਹ ਤਾਂ ਮੁਖਬਰੀ ਦੇ ਆਧਾਰ ਤੇ ਉੱਥੇ ਜਾ ਕੇ ਛਾਪਾ ਮਾਰਿਆ ਸੀ ਜੀ, ਉਹਦੇ ਆਧਾਰ ਤੇ ਆ ਸਾਰੀ ਕਾਰਵਾਈ ਹੋਈ ਹੈ। ਨਾਕੇ ਨੁਕੇ ਵਾਲੀ ਕੋਈ ਗੱਲ ਹੀ ਨਹੀਂ, ਇਹ ਸਾਰੇ ਨਾਕੇ ਨੁਕੇ ਝੂਠ ਹੀ ਸੀ ਜੀ। ਤੇ ਅਸੀਂ ਜਦੋਂ ਇਹ ਗੱਲ ਕਰਦੇ ਹਾਂਗੇ ਤੇ ਇੱਕ ਚੀਜ਼ ਹੋਰ ਆ ਜਾਂਦੀ ਹੈ ਤਲਾਸ਼ੀ ਦੀ। ਇੱਕ ਜਿਹੜਾ IAS ਅਧਿਕਾਰੀ ਹੈ ਮੋਦੀ ਸਾਹਿਬ ਦੇ ਜਹਾਜ਼ ਦੀ ਤਲਾਸ਼ੀ ਲੈਣ ਦੇ ਚੱਕਰ ਦੇ ਵਿੱਚ ਸਸਪੈਂਡ ਕਰਤਾ ਜੀ। ਜੀ ਹਾਂਜੀ, ਉਹ ਉਹ ਜਿਹੜਾ IPS ਅਫਸਰ ਹੈ ਉਹ ਹੈ ਵੀ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹੈ, ਮੁਸਲਮਾਨ ਹੈ, ਤੇ ਉਹ IPS ਅਫਸਰ ਹੈ। ਉਹਨੇ ਕੋਈ ਕਾਗਜ਼ ਦਿਖਾ ਕੇ ਜਿਹੜੀ ਉੱਥੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਹੈ ਜਿਹੜਾ SPG, ਉਹਨਾਂ ਨੂੰ ਦੱਸਿਆ ਵੀ ਮੈਂ ਇਲੈਕਸ਼ਨ ਕਮਿਸ਼ਨ ਵੱਲੋਂ ਆਹ ਮੈਨੂੰ ਅਧਿਕਾਰ ਦਿੱਤੇ ਹੋਏ ਨੇ ਤੇ ਮੈਂ ਅਬਜ਼ਰਵਰ ਹਾਂ ਤੇ ਮੈਂ ਇਹਦੀ ਤਲਾਸ਼ੀ ਲੈਣੀ ਚਾਹੁੰਦਾ। ਉਹਨਾਂ ਨੇ ਫਿਰ ਉਹਨੂੰ ਤਲਾਸ਼ੀ ਲੈਣ ਦਿੱਤੀ ਤੇ ਜਦੋਂ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨੇ ਉਹਨੂੰ ਤਲਾਸ਼ੀ ਲੈਣ ਦੀ ਆਗਿਆ ਦੇ ਹੀ ਦਿੱਤੀ ਜੀ, ਜੇ ਇਹਦਾ ਮਤਲਬ ਜਾਂ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨਹੀਂ ਲੈ ਸਕਦਾ ਤਲਾਸ਼ੀ, ਜੇ ਉਹ ਨਹੀਂ ਲੈ ਸਕਦਾ ਸੀ ਤਾਂ ਉਹਨੂੰ ਉੱਥੇ ਰੋਕਿਆ ਜਾਣਾ ਚਾਹੀਦਾ ਜੀ, ਤੇ ਜੇ ਉਹਨੇ ਲੈ ਵੀ ਲਈ ਸੀ ਏਡੀ ਫਿਰ ਏਡੀ ਗੱਲ ਵੀ ਕਿਹੜੀ ਹੋ ਗਈ ਸੀ ਜੀ, ਏਡੀ ਕੋਈ ਗੱਲ ਨਹੀਂ ਸੀ। ਪਰ ਗੱਲ ਇਹ ਆ ਵੀ ਜੇ ਤੁਸੀਂ ਵੱਡੇ ਘਰ ਵੱਲ ਨੂੰ ਮੂੰਹ ਕਰੋਗੇ ਤੇ ਤੁਹਾਡਾ ਬਥਾਰ ਭੰਨਿਆ ਜਾਊਗਾ, ਇਹ ਸੁਨੇਹਾ ਦੇਣਾ ਵੀ ਮੋਦੀ ਸਾਹਿਬ ਸਮਝਦੇ ਸੀ ਜ਼ਰੂਰੀ ਹੋ ਗਿਆ ਇਸ ਕਰਕੇ। ਤੇ ਜੇ ਉਹੀ ਗੱਲ ਉਹ ਤੁਹਾਡੀ ਨੰਦ ਘੋਪ ਵਾਲੀ ਗੱਲ ਹੁੰਦੀ ਤੇ ਜੇ ਉਹਦਾ ਨਾਂ ਨੰਦ ਘੋਪ ਹੁੰਦਾ ਫਿਰ ਸ਼ਾਇਦ ਉਹ ਵਿਚਾਰਾ ਬਚ ਵੀ ਜਾਂਦਾ ਹੁਣ, ਕਿਉਂਕਿ ਉਹ ਘੱਟ ਗਿਣਤੀ ਦਾ ਸੰਬੰਧ ਰੱਖਦਾ ਤੇ ਉਹ ਫਿਰ ਉਹਨਾਂ ਦੀ ਜਾੜ ਹੇਠ ਆ ਗਿਆ ਜੀ, ਜਾੜ ਹੇਠ। ਤੇ ਤਾਮਿਲਨਾਡੂ ਦਾ ਇੱਕ ਲਾਅ ਐਸੋਸੀਏਸ਼ਨ ਦਾ ਆਗੂ ਹੈ ਜੀ ਐਮ ਸ੍ਰੀ ਨਿਵਾਸਨ, ਇਹਨਾਂ ਨੇ ਹੁਣ ਇੱਕ ਨਵਾਂ ਮੁੱਦਾ ਚੱਕਿਆ। ਹਾਂਜੀ ਹਾਂਜੀ, ਤਾਮਿਲਨਾਡੂ ਲਾਅ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਿਹੜੇ ਐਮ ਸ੍ਰੀ ਨਿਵਾਸਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਜੀ, ਇਹਨਾਂ ਨੇ ਕੱਲ ਹਾਈਕੋਰਟ ਦੇ ਸੋਰੀ ਸੁਪਰੀਮ ਕੋਰਟ ਦੇ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਆ EVM ਨਾਲ ਸੰਬੰਧਿਤ ਜੀ, ਜਿਹੜੀ ਪਿਛਲੇ ਦਿਨਾਂ ਚ ਪਹਿਲੇ ਚੋਣ ਪਹਿਲੇ ਦੌਰ ਤੋਂ ਬਾਅਦ ਵੱਖ ਵੱਖ ਵਿਰੋਧੀ ਧਿਰਾਂ ਦੇ ਆਗੂਆਂ ਦੀ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਲੈਕਸ਼ਨ ਕਮਿਸ਼ਨ ਤੱਕ ਇਸ ਗੱਲ ਲਈ ਪਹੁੰਚ ਕਰਾਂਗੇ ਵੀ ਮਸ਼ੀਨਾਂ ਨਾਲ ਛੇੜਛਾੜ ਵੀ ਹੋਈ ਆ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਗੱਲ ਸਾਹਮਣੇ ਆਈ ਆ ਵੀ ਕਿਸੇ ਥਾਂ ਦੇ ਉੱਤੇ ਕਾਂਗਰਸ ਦਾ ਬਟਨ ਦੱਬਦੇ ਸੀ ਤੇ ਉਹ ਚੱਲਦਾ ਹੀ ਨਹੀਂ ਸੀ ਤੇ ਜੇ ਦੂਜੀ ਵਾਰੀ ਦੱਬਦੇ ਤਾਂ BJP ਵੋਟ ਚ ਪੈ ਜਾਂਦੀ ਸੀ
ਬਹੁਤ ਥਾਵਾਂ ਤੇ BSP ਵਾਲੀ ਵੋਟ ਉਹਨਾਂ ਨੂੰ ਪੈਂਦੀ ਦਿਖਾਈ ਗਈ। ਸੋ ਇਸ ਤਰ੍ਹਾਂ ਜਿਹੜਾ ਉਹ ਹੋਇਆ ਉਸ ਦਿਨ, ਇਹ ਤਕਰੀਬਨ 1000 ਥਾਵਾਂ ਤੋਂ ਜ਼ਿਆਦਾ ਤੇ ਹੋਇਆ ਸੀ ਜੀ। ਉਹਦੀ ਚਰਚਾ ਵਿਰੋਧੀ ਧਿਰਾਂ ਨੇ ਕੀਤੀ। ਉਦੋਂ ਬਿਨਾਂ ਜਿਹੜੇ 66 ਸੇਵਾ ਮੁਕਤ IAS, IFS ਤੇ IPS ਅਫਸਰ ਸੀ ਜਿਹੜੇ ਦੇਸ਼ ਦੇ ਵੱਡੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਰਹੇ ਨੇ ਤੇ ਕਈ ਦੇਸ਼ਾਂ ਦੇ ਵਿੱਚ ਰਾਜਦੂਤ ਵਜੋਂ ਸਾਡੇ ਦੇਸ਼ ਦੇ ਪ੍ਰਤੀਨਿਧ ਬਣ ਕੇ ਗਏ ਨੇ, ਉਹ 66 ਵੱਡੇ ਅਫਸਰਾਂ ਨੇ ਆਪਣੇ ਦਸਖਤਾਂ ਹੇਠ ਇੱਕ ਰਾਸ਼ਟਰਪਤੀ ਜੀ ਨੂੰ ਮੈਮੋਰੈਂਡਮ ਵੀ ਦਿੱਤਾ ਇਹਨਾਂ EVM ਦੀਆਂ ਮਸ਼ੀਨਾਂ ਦੀ ਛੇੜਛਾੜ ਬਾਰੇ ਤੇ ਇਹਦੇ ਨਾਲ ਇਹਦੀ ਨਿਰਪੱਖਤਾ ਯਕੀਨੀ ਬਣਾਉਣ ਲਈ ਤੇ ਇਲੈਕਸ਼ਨ ਕਮਿਸ਼ਨ ਦੀ ਨਿਰਪੱਖਤਾ ਦੇ ਉੱਤੇ ਵੀ ਉਹਨਾਂ ਨੇ ਉਂਗਲ ਉਠਾਈ ਆ। ਉਹ ਤਾਂ ਬੜੀ ਕਮਾਲ ਦੀ ਟਿੱਪਣੀ ਕੀਤੀ ਸੀ ਜੀ ਉਹਨਾਂ ਨੇ ਕਿ ਵਿਸ਼ਵਾਸ ਯੋਗਤਾ ਜਿਹੜੀ ਉਹ ਪਤਾ ਨਹੀਂ ਕਾਹਦਾ ਸ਼ਿਕਾਰ ਹੈ, ਬੜਾ ਵਧੀਆ ਲਿਖਿਆ ਸੀ। ਉਹ ਉਹਦੇ ਚ ਕਾਰਨ ਇਹ ਸੀ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਹੁਣ ਮੌਜੂਦਾ ਸਾਡੇ, ਜਿਹਨਾਂ ਨਾਲੋਂ ਕਈ ਵੱਡੇ ਸੀਨੀਅਰ ਵੀ ਸੀ ਉਹ ਜਿਹਨਾਂ ਨੇ ਸਾਈਨ ਕੀਤੇ ਨੇ, ਇਦੋਂ ਵੱਡੇ ਉੱਚੇ ਰੁਤਬੇ ਵਾਲੇ ਵੀ ਸੀਗੇ, ਉਹਨਾਂ ਨੇ ਇਹ ਪਟੀਸ਼ਨ ਪਾਈ। ਇਸ ਪਟੀਸ਼ਨ ਨੂੰ ਇਹ ਜਿਹੜੀ ਉਹਨਾਂ ਦੀ ਦਰਖਾਸਤ ਸੀਗੀ ਰਾਸ਼ਟਰਪਤੀ ਜੀ ਨੂੰ ਤੇ ਨਾਲ ਜਿਹੜੀ ਵਿਰੋਧੀ ਧਿਰਾਂ ਦੀ ਫਿਕਰਮੰਦੀ ਦੀ ਮੀਟਿੰਗ ਹੋਈ ਤੇ ਬਾਅਦ ਚ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਵੀ ਤੇ ਰਾਸ਼ਟਰਪਤੀ ਜੀ ਨੂੰ ਲਿਖਿਆ, ਉਹਨੂੰ ਆਧਾਰ ਬਣਾ ਕੇ ਇਹ ਜਿਹੜੇ ਐਮ ਸ੍ਰੀਨਿਵਾਸਨ ਨੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਸੁਪਰੀਮ ਕੋਰਟ ਦੇ ਸਾਹਮਣੇ ਤੇ ਗਿਣਤੀ ਹੋਣ ਚ 40 ਦਿਨ ਬਾਕੀ ਨੇ, ਵੋਟਾਂ ਪੈਣ ਤੋਂ ਗਿਣਤੀ ਹੋਣ ਦਾ ਸਮਾਂ ਜਿਹੜਾ ਉਹ 1.25 ਮਹੀਨੇ ਤੋਂ ਜ਼ਿਆਦਾ ਹੈ ਜੀ, 1.5 ਮਹੀਨੇ ਤੋਂ ਥੋੜੇ ਦਿਨ ਘੱਟ ਹੈ, 40 ਦਿਨ ਦਾ ਸਮਾਂ ਤੇ 40 ਦਿਨ ਦੇ ਵਕਫੇ ਚ ਬੜਾ ਕੁਛ ਹੋਣ ਦੀਆਂ ਸੰਭਾਵਨਾਵਾਂ ਨੇ। ਇਹਨੂੰ ਰੋਕਣ ਲਈ ਇਹਦੀ ਜਿਹੜੀ ਹਰ ਤਰ੍ਹਾਂ ਦੀ ਸੰਭਾਵਨਾ ਉਹ ਪੈਦਾ ਕੀਤੀ ਜਾਵੇ ਤੇ ਇਹਦੇ ਪੁਖਤਾ ਇੰਤਜ਼ਾਮ ਕੀਤੇ ਜਾਣ, ਜਿਹੜੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਦੇਖੋ ਸੁਪਰੀਮ ਕੋਰਟ ਇਹਨੂੰ ਕਿੰਨਾ ਕੁ ਰਿਸਪੋਂਸ ਕਰਦੀ ਆ, ਅਜੇ ਤੱਕ ਉਹਦੇ ਬਾਰੇ ਕੋਈ ਆਇਆ ਨੀ ਗਾ ਕਿ ਸੁਪਰੀਮ ਕੋਰਟ ਨੇ ਉਹਨੂੰ ਅਕਸੈਪਟ ਕੀਤਾ ਜਾਂ ਉਹਨੂੰ ਰੱਦ ਕਰਤਾ ਜਾਂ ਕਿਸ ਥਾਂ ਤੇ ਗਈ ਆ ਉਹ, ਸ਼ਾਇਦ ਇਹਦੇ ਬਾਰੇ ਕੱਲ ਪਤਾ ਲੱਗੂਗਾ ਜਾਂ ਅੱਜ ਹੋ ਸਕਦਾ ਦੇਰ ਸ਼ਾਮ ਤੱਕ ਇਹਦੇ ਬਾਰੇ ਕੋਈ ਖਬਰ ਆ ਜਾਵੇ, ਪਰ ਹਾਲੇ ਤੱਕ ਇਹਦੇ ਬਾਰੇ ਕੁਛ ਨਹੀਂ ਆਇਆ ਹੈ। NDTV ਦੇ ਉੱਤੇ ਜੀ ਜੀ ਗਿੱਲ ਸਾਹਿਬ, ਇੱਕ ਸ਼ੋਅ ਦੇ ਵਿੱਚ ਪਾਇਨੀਅਰ ਬਹੁਤ ਵੱਡਾ ਇੱਕ ਮੈਗਜ਼ੀਨ ਹੈ ਉਹਦੇ ਸੰਪਾਦਕ ਜੀ ਉਹ ਆਏ ਆ, ਉਹ ਕਹਿੰਦੇ ਕਿ ਦੇਸ਼ ਦੇ ਵਿੱਚ ਲਹਿਰ ਲੂਰ ਐਤਕੀ ਕਿਸੇ ਦੀ ਵੀ ਨਹੀਂ। ਹਾਂਜੀ ਹਾਂਜੀ, ਮੈਂ ਉਹ ਚਰਚਾ ਸੁਣੀ ਅੱਜ ਨਵੀਨ ਉਪਾਧਿਆਇ ਜੀ ਨੇ, ਇਹ ਜਿਹੜੇ ਪਾਇਨੀਅਰ ਦੇ ਸੀਨੀਅਰ ਐਡੀਟਰ ਨੇ, ਉਹਨਾਂ ਨੇ ਅੱਜ ਆਪਣੀ ਚਰਚਾ ਦੇ ਵਿੱਚ ਇਹ ਗੱਲ ਕਹੀ ਵੀ ਮੈਂ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਦੌਰਾ ਵੀ ਕੀਤਾ ਤੇ ਵੱਖ ਵੱਖ ਥਾਵਾਂ ਤੋਂ ਰਿਪੋਰਟਾਂ ਵੀ ਸਾਡੇ ਕੋਲ ਆਈਆਂ ਨੇ ਤੇ ਉਹਨਾਂ ਨੇ ਸਗੋਂ ਇਹ ਗੱਲ ਕਹੀ ਵੀ ਜੇ NDTV ਵੱਲ ਨੂੰ ਤਾਂ ਉਹਨਾਂ ਨੇ ਉਂਗਲ ਨਹੀਂ ਕੀਤੀ, ਬਾਕੀਆਂ ਵੱਲ ਨੂੰ ਕੀਤੀ ਵੀ ਜੇ ਬਾਕੀ TV ਚੈਨਲਾਂ ਨੂੰ ਦੇਖੀਏ ਫਿਰ ਤਾਂ ਪਤਾ ਨੀ ਕਿਹੋ ਜਿਹੀ ਲਹਿਰ ਕਿੱਥੇ ਕਿੱਥੇ ਤੁਰੀ ਫਿਰਦੀ ਆ ਤੇ ਕਿਹੜੇ ਅਸਮਾਨ ਨੂੰ ਲੱਗੀ ਪਈ ਆ, ਪਰ ਜੋ ਸਾਡੇ ਕੋਲ ਆਈਆਂ ਰਿਪੋਰਟਾਂ ਨੇ ਉਹਦੇ ਤੋਂ ਗੱਲ ਸਾਹਮਣੇ ਆਈ ਆ ਵੀ ਦੇਸ਼ ਚ ਲਹਿਰ ਲੋਹਰ ਵਾਲੀ ਕੋਈ ਗੱਲ ਨੀ ਹੈਗੀ। ਜਿਵੇਂ ਪਿਛਲੀ ਵਾਰ ਮੋਦੀ ਲਹਿਰ ਸੀ ਤੇ ਉਹ ਮੋਦੀ ਲਹਿਰ ਦੇ ਆਸਰੇ BJP ਭਾਵੇਂ 40 ਪਾਰਟੀਆਂ ਦਾ ਗਠਬੰਧਨ ਸੀ ਪਰ ਤਾਂ ਵੀ ਇਕੱਲਿਆਂ ਬਹੁਮਤ ਲੈ ਲਈ ਸੀ ਉਹਨਾਂ ਨੇ, ਉਹ ਕਹਿੰਦੇ ਵੀ ਇਸ ਵਾਰ ਉਹ ਗੱਲ ਹੈ ਨੀ। ਤੇ ਉਹਨਾਂ ਨੇ ਨਾਲ ਜਿਹੜੀ ਸਭ ਤੋਂ ਮਹੱਤਵਪੂਰਨ ਅਹਿਮ ਟਿੱਪਣੀ ਕੀਤੀ ਉਹ ਇਹ ਸੀ ਕਿ ਇੱਕੀ ਨਤੀਜੇ ਹੈਰਾਨੀਜਨਕ ਹੋਣਗੇ ਜੀ, ਇਹ ਆ ਵੱਡੀ ਗੱਲ ਸਹੀ, ਕਿਉਂਕਿ ਪੰਜਾਬ ਚ ਵੀ ਜੇ ਆਪਾਂ ਦੇਖੀਏ ਹਾਲੇ ਤਾਂ ਤੁਹਾਨੂੰ ਲੱਗਦਾ ਕਿਤੇ ਵੀ ਕੋਈ ਕੋਈ ਦਾਅਵੇ ਨਾਲ ਕਹਿ ਦੂ ਵੀ ਮੈਂ ਹੁਣ ਕਹਿਣ ਨੂੰ ਕਾਂਗਰਸ ਕਹੀ ਜਾਂਦੀ ਆ, ਇੱਕ ਦਿਨ ਕਾਂਗਰਸ ਦਾ ਇੱਕ ਬੰਦੇ ਨੇ ਕਹਿਤਾ ਅਸੀਂ 13-14 ਜਿੱਤ ਜਾਣੀਆਂ ਨੇ, ਇੱਕ ਦਿਨ ਸੁਖਬੀਰ ਬਾਦਲ ਜੀ ਨੇ ਕਿਤੇ ਬੋਲਦਿਆਂ ਕਹਿਤਾ ਬਾਅਦ ਘਾਟ ਚ ਕਹਿਤਾ ਵੀ 13-14 ਜਿੱਤ ਜਾਣੀਆਂ ਨੇ, ਹਾਲਾਂਕਿ ਸੀਟਾਂ ਪੰਜਾਬ ਚ 13 ਨੇ, ਫਿਰ ਉਹ ਬਾਅਦ ਚ 14ਵੀਂ ਚੰਡੀਗੜ੍ਹ ਵਾਲੇ ਜੋੜ ਲੈਂਦੇ ਨੇ, ਕਹਿੰਦੇ ਉਹਦੇ ਸਾਡਾ ਨਾਂ ਬੋਲਦਾ ਚੰਡੀਗੜ੍ਹ ਵੀ ਸਾਡਾ ਰਾਜਧਾਨੀ ਆ ਤਾਂ ਕਰਕੇ 14 ਮੂੰਹ ਨਿਕਲ ਜਾਂਦੀਆਂ ਨੇ। ਪਰ ਜੇ ਆਪਾਂ ਦੇਖੀਏ ਪੰਜਾਬ ਚ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈ, ਕੋਈ ਲਹਿਰ ਵਾਲੀ ਗੱਲ ਜਾਂ ਕੋਈ ਹੋਰ। ਇਹ ਇੱਕ ਵੱਡਾ ਹੈਗਾ ਜੀ ਕੱਪਾ, ਇਸ ਵਾਰ ਕੁਛ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਔਰ ਸਿਆਸੀ ਮਾਹਰਾ ਜਿਹੜੇ ਉਹ ਆਪਦੀ ਗੱਲ ਕਰਨ ਦੇ ਵਾਸਤੇ ਬੈਠੇ ਨੇ, ਚੈਨਲ ਆ ਵਿਚਾਰੇ ਹਜੇ ਤੱਕ ਉਹ ਤਾਂ ਡੁਗਡੀ ਮੋਦੀ ਹੋਰਾਂ ਦੀ ਬਜਾ ਰਹੇ ਨੇ, ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤੀ ਲਹਿਰ ਬਣੀ ਰਹੂਗੀ ਕਿਉਂਕਿ ਜਿਹੜੀਆਂ 100+ ਸ਼ਾਇਦ 182 ਨੇ ਸੀਟਾਂ ਜਿੱਥੇ ਆਪਾਂ ਕਹਿ ਸਕਦੇ ਕਿ ਖੇਤਰੀ ਦਲ ਜ਼ਿਆਦਾ ਸਰਗਰਮ ਨੇ, ਉੱਥੇ ਤਾਂ ਫਿਰ 200 ਮੰਨ ਕੇ ਚੱਲੋ 200 ਸੀਟਾਂ ਐਸੀਆਂ ਨੇ ਜਿੱਥੇ ਖੇਤਰੀ ਪਾਰਟੀਆਂ ਦਾ ਪ੍ਰਭਾਵ ਰਹੇਗਾ ਔਰ ਅੱਗੇ ਵੀ ਰਿਹਾ ਇਸ ਵਾਰ ਵੀ ਰਹਿਣਾ। ਬਿਲਕੁਲ, ਤੇ ਇੱਧਰ ਇੱਕ ਪ੍ਰਭਾਵ ਹੈ ਜਿਹੜਾ BJP ਵਾਲੇ ਤੇ ਬੜਾ ਮਾੜਾ ਪੈ ਗਿਆ, ਬੂਟੀ ਚੱਲ ਗਿਆ ਜੀ ਉਹਨਾਂ ਵੱਲ। ਇਹ ਹੈ ਤਾਂ ਗੱਲ ਸਿੱਧੂ ਸਾਹਿਬ ਮਾੜੀ ਹੈ ਜੀ, ਇਹ ਰਿਵਾਜ ਤਾਂ ਪਿਆ ਸੀ ਜਦੋਂ ਇਰਾਕ ਦੇ ਵਿੱਚ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਸਮਝ ਲਓ ਅਮਰੀਕਾ ਸਾਹਮਣੇ ਜਦੋਂ ਚਲਾਇਆ
ਹਾਂ ਤੇ ਉੱਥੇ ਇੱਕ ਪੱਤਰਕਾਰ ਨੇ ਜੁੱਤੀ ਚਲਾਤੀ ਸੀ ਅਮਰੀਕਨ ਰਾਸ਼ਟਰਪਤੀ ਉੱਤੇ ਜੀ। ਉਸ ਤੋਂ ਬਾਅਦ ਇਹ ਸਿਲਸਿਲਾ ਫਿਰ ਆਏ ਦਿਨ ਕਿਤੇ ਨਾ ਕਿਤੇ ਚੱਲਦਾ ਰਿਹਾ। ਬਾਦਲ ਸਾਹਿਬ ਦੇ ਉੱਤੇ ਵੀ ਇੱਕ ਦਿਨ ਜੁੱਤੀ ਬਰਾਤੀ, ਇਵੇਂ ਪੀ ਚਿਦੰਬਰਮ ਦੇ ਉੱਤੇ ਜਰਨੈਲ ਸਿੰਘ ਹੋਰਾਂ ਨੇ ਬਰਾਤੀ, ਉਹ ਤਾਂ ਬਾਅਦ ਚ ਫਿਰ ਉਸ ਜੁੱਤੀ ਦੇ ਆਸਰੇ ਐਮ ਐਲ ਏ ਵੀ ਬਣ ਗਏ ਸੀ ਦਿੱਲੀ ਦੇ ਜੀ। ਇਹ ਗੱਲ ਤਾਂ ਮਾੜੀ ਆ ਔਰ ਨਿੰਦਣ ਯੋਗ ਗੱਲ ਆ, ਕਿਉਂਕਿ ਗੱਲ ਕਹਿਣ ਦੇ ਪਲੇਟਫਾਰਮ ਬਹੁਤ ਹੁੰਦੇ ਨੇ, ਤੁਸੀਂ ਸੌ ਤਰੀਕੇ ਨੇ ਜੋ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਉਹਨੂੰ ਗੱਲ ਸੁਣਾਉਣ ਦੇ। ਪਰ ਜੇ ਆਪਾਂ ਦੇਖੀਏ ਕਿ ਜਿਹੜੇ ਅੱਜ ਬੀਜੇਪੀ ਦੀ ਕਾਨਫਰੰਸ ਦੇ ਵਿੱਚ ਜੀ ਬੀ ਐਲ ਨਰਸਿਮਾ ਰਾਓ ਜਿਹੜੇ ਉਹਨਾਂ ਦੇ ਪ੍ਰਵਕਤਾ ਵੀ ਨੇ ਔਰ ਬੜੇ ਵੱਡੇ ਆਗੂ ਨੇ ਔਰ ਜਿਹਨੂੰ ਕਹਿੰਦੇ ਨੇ ਜ਼ਬਾਨ ਦੇ ਵੀ ਧਨੀ ਨੇ, ਉਹਨਾਂ ਨੂੰ ਗੱਲ ਨੂੰ ਮੋੜਾ ਦੇਣਾ ਵੀ ਆਉਂਦਾ ਹਰ ਗੱਲ ਨੂੰ, ਤੇ ਉਹਨਾਂ ਦੇ ਉੱਤੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਜੁੱਤੀ ਉਸ ਵੇਲੇ ਬਣਾਈ ਗਈ ਜੋ ਮੀਡੀਆ ਰਿਪੋਰਟਾਂ ਨੇ ਵੀ ਜਦੋਂ ਉਹ ਜਿਹੜੀ ਪ੍ਰਗਿਆ ਸਾਧਵੀ ਹੈ ਜਿਹਨੂੰ ਦਿਗਵਿਜੇ ਸਿੰਘ ਦੇ ਖਿਲਾਫ ਬੀਜੇਪੀ ਨੇ ਅੱਜ ਉਮੀਦਵਾਰ ਐਲਾਨ ਕੀਤਾ, ਇਹ ਐਨ ਉਸ ਵੇਲੇ ਇਹ ਜੁੱਤੀ ਸਟੇਜ ਵੱਲ ਆਈ ਤੇ ਬਿਲਕੁਲ ਉਹਨਾਂ ਦੇ ਮੂੰਹ ਦੇ ਲਾਗੇ ਵੀ ਹੋ ਕੇ ਨਿਕਲ ਗਈ। ਤੇ ਬਾਅਦ ਚ ਉਹ ਬੰਦਾ ਬੀਜੇਪੀ ਦੇ ਜਿਹੜੇ ਉੱਥੇ ਨੇੜੇ ਖੜੇ ਸੀ ਵਰਕਰ, ਉਹਨਾਂ ਨੇ ਉਹਨੂੰ ਫੜ ਲਿਆ ਤੇ ਘੂ ਕੇ ਉਹਨੂੰ ਬਾਹਰ ਲੈ ਗਏ। ਉਹਦੇ ਬਾਅਦ ਪੁਲਿਸ ਨੇ ਉਹਨੂੰ ਕਬਜ਼ੇ ਚ ਲੈ ਲਿਆ ਤੇ ਬਾਅਦ ਦੇ ਵਿੱਚ ਦਿੱਲੀ ਪੁਲਿਸ ਦੇ ਜਿਹੜੇ ਇੱਕ ਅਸਿਸਟੈਂਟ ਕਮਿਸ਼ਨਰ ਸੀ ਸਰਦਾਰ ਜੀ, ਮੈਨੂੰ ਨਾਂ ਨਹੀਂ ਮੈਂ ਸੁਣ ਸਕਿਆ ਉਹਨਾਂ ਦਾ, ਕਿਉਂਕਿ ਉਹ ਦੇਖਣ ਚ ਰਿਹਾ ਸਿਰਫ ਇੰਨਾ ਹੀ ਪਤਾ ਲੱਗਦਾ ਸੀ ਵੀ ਪੱਗਬੰਨੀ ਕਰਕੇ ਸਰਦਾਰ ਜੀ ਸੀਗੇ। ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹ ਦਾਅਵਾ ਕਰਦਾ ਵੀ ਮੈਂ ਕਾਨਪੁਰ ਦਾ ਰਹਿਣ ਵਾਲਾ ਤੇ ਨਾਂ ਸੀ ਉਹਦਾ ਡਾਕਟਰ ਸ਼ਸ਼ੀ ਭਾਰਗਵ, ਉਹ ਕਹਿੰਦੇ ਪਰ ਹਾਲੇ ਤਸਦੀਕ ਨਹੀਂ ਹੋਇਆ। ਪਰ ਬਾਅਦ ਦੇ ਵਿੱਚ ਤਸਦੀਕ ਹੋ ਗਿਆ ਨਾਂ ਉਹਦਾ ਹੀ ਸੀ, ਉਹਨੇ ਆਪਦੇ ਜਿਹੜੇ ਸਿੱਟੇ ਸੀ ਉੱਥੇ ਵਿਜ਼ਿਟਿੰਗ ਕਾਰਡ ਉਹਨਾਂ ਦੇ ਉੱਤੇ ਵੀ ਇਹੀ ਨਾਂ ਦਰਜ ਸੀਗਾ। ਤੇ ਉਹਨਾਂ ਦੇ ਪਰਿਵਾਰ ਦਾ ਕਹਿਣਾ ਇਹ ਆ, ਉਹਨਾਂ ਦੀ ਮਦਰ ਦਾ ਵੀ ਬਿਆਨ ਮੀਡੀਆ ਦੇ ਹਲਕੇ ਨੇ ਚਲਾਇਆ ਕਿ ਉਹ ਕਹਿੰਦੀ ਆ ਵੀ ਇਹ ਆਪਦੀ ਪਤਨੀ ਨਾਲੋਂ ਵੱਖ ਰਹਿ ਰਿਹਾ ਸੀਗਾ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਪਿਛਲੇ ਸਮੇਂ ਚ ਬੀਜੇਪੀ ਵਾਲਿਆਂ ਦੇ ਕਹਿਣ ਤੇ, ਕਿਉਂਕਿ ਇਹ ਉਹ ਆਪਣੇ ਆਪ ਨੂੰ ਵਿਸਲ ਬਲੋਅਰ ਕਹਿੰਦਾ ਜਿਹੜਾ ਸ਼ਸ਼ੀ ਭਾਰਗਵ ਆ, ਉਹ ਕਹਿੰਦਾ ਵੀ ਮੈਂ ਲੋਕਾਂ ਦੇ ਮੁੱਦੇ ਸਮੇਂ ਸਮੇਂ ਤੇ ਚੁੱਕਦਾ ਰਹਿੰਦਾ ਵਾ ਤੇ ਇਸੇ ਕਰਕੇ ਬੀਜੇਪੀ ਦੀ ਸਰਕਾਰ ਮੈਨੂੰ ਦੁਖੀ ਕਰਦੀ ਆ, ਤੰਗ ਕਰਦੀ ਆ। ਉਹਦੇ ਉੱਤੇ ਆਪਣੇ ਇਹਨਾਂ ਨੇ ਇਨਕਮ ਟੈਕਸ ਵਾਲੇ ਨੇ ਰੇਡਾਂ ਰੂਡਾਂ ਕੀਤੀਆਂ, ਉਹਨੂੰ ਵਾਹਵਾ ਪਰੇਸ਼ਾਨ ਕੀਤਾ, ਉੱਥੇ ਪਰਚੇ ਪੁਰਚੇ ਵੀ ਦਰਜ ਕੀਤੇ ਨੇ। ਉਹ ਇਸ ਗੱਲੋਂ ਦੁਖੀ ਸੀ ਤੇ ਅੱਜ ਆਪਦਾ ਦੁੱਖ ਕੱਢਣ ਦਾ ਜਿਹੜਾ ਉਹਨੇ ਤਰੀਕਾ ਭਾਵੇਂ ਗਲਤ ਅਪਣਾਇਆ, ਪਰ ਉਹਨੇ ਜਿਹੜੇ ਵੇਲੇ ਇਹ ਜੁੱਤੀ ਚਲਾਈ, ਪਰ ਉਹ ਵੇਲਾ ਉਹ ਸੀ ਜਦੋਂ ਜਿਹੜੀ ਸਾਧਵੀ ਪ੍ਰਗਿਆ ਉਹਨੂੰ ਉਮੀਦਵਾਰ ਡਿਕਲੇਅਰ ਕੀਤਾ ਜਾ ਰਿਹਾ ਸੀ ਜੀ। ਇਹ ਤੁਹਾਨੂੰ ਦੱਸਣ ਮੈਂ ਦੱਸ ਦੇਣਾ ਚਾਹੁੰਦਾ, ਵੈਸੇ ਤਾਂ ਸਾਡੇ ਸਰੋਤਿਆਂ ਨੂੰ ਇਸ ਗੱਲ ਦਾ ਗਿਆਨ ਆ ਕਿਉਂਕਿ ਸਾਰੇ ਅੱਖਾਂ ਖੋਲ੍ਹ ਕੇ ਰੱਖਦੇ ਨੇ ਅੱਜ ਕੱਲ੍ਹ। ਜਿਹੜਾ ਉਹ ਮਾਲੇਗਾਓਂ ਤੇ ਸਮਝੌਤਾ ਐਕਸਪ੍ਰੈਸ ਦੇ ਉੱਤੇ ਹੋਏ ਬੰਬ ਧਮਾਕੇ, ਉਹਨਾਂ ਦੇ ਹਾਂਜੀ ਉਹਨਾਂ ਦੇ ਵਿੱਚ ਇਹਨਾਂ ਬੀਬੀ ਦਾ ਨਾਂ ਬੋਲਦਾ ਸੀ ਸਾਧਵੀ ਦਾ, ਤੇ ਮਾਲੇਗਾਓਂ ਵਾਲੇ ਦੇ ਵਿੱਚ ਇਹਦੀ ਜਿਹੜੀ ਇਹਦੇ ਨਾਂ ਤੇ ਕਾਰ ਸੀ ਜਿਹੜੀ ਉਹ ਜਿਹੜੀ ਕਾਰ ਦੇ ਵਿੱਚ ਧਮਾਕਾ ਹੋਇਆ ਸੀ ਉਹ ਕਾਰ ਇਹਨਾਂ ਦੇ ਨਾਂ ਤੇ ਸੀ, ਉਹਦੀ ਮਾਲਕਣ ਇਹ ਸੀ। ਤੇ ਪਰ ਪਿਛਲੇ ਦਿਨਾਂ ਚ ਉਹਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਜਿਹੜੀਆਂ ਸਾਡੀਆਂ ਜਾਂਚ ਏਜੰਸੀਆਂ ਨੇ ਉਹਨਾਂ ਨੇ ਬਹੁਤ ਢਿੱਲਾ ਢਾਲਾ ਪੱਖ ਪੇਸ਼ ਕੀਤਾ ਤੇ ਆਖਰ ਜੱਜ ਸਾਹਿਬ ਜਿਹੜੇ ਜਗਦੀਪ ਸਿੰਘ ਨੇ ਹੀ ਸਗੋਂ ਸੁਣਾਇਆ ਫੈਸਲਾ, ਦੇਖੋ ਕੁਮਾਰ ਦੀ ਗੱਲ ਉਹਨਾਂ ਨੇ ਆਪਦੇ ਫੈਸਲੇ ਹਾਂਜੀ ਉਹਨਾਂ ਨੇ ਆਪਣੇ ਫੈਸਲੇ ਚ ਇਹ ਵੀ ਕਿਹਾ ਵੀ ਜਾਂਚ ਏਜੰਸੀਆਂ ਨੇ ਮਤਲਬ ਇਹ ਸਭ ਵੱਡੀਆਂ ਘਟਨਾਵਾਂ ਹੋਣ ਦੇ ਬਾਵਜੂਦ ਆਪਣਾ ਪੱਖ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ, ਇਸ ਕਰਕੇ ਮੇਰੇ ਹੱਥ ਬੰਨੇ ਨੇ, ਮੈਂ ਐਂ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਜੀ। ਬਿਲਕੁਲ ਉਹ ਟਿੱਪਣੀ ਬੜੀ ਜਾਇਜ਼ ਸੀ ਜੀ ਉਹਨਾਂ ਦੀ, ਔਰ ਜੇ ਅਸੀਂ ਦੇਖੀਏ ਤਾਂ ਇਹ ਫੇਰ ਵੀ ਦਾਗ ਤੋਂ ਮੁਕਤ ਤਾਂ ਨਹੀਂ ਨਾ ਹੋ ਜਾਂਦੇ, ਤੱਥਾਂ ਦੀ ਘਾਟ ਕਾਰਨ ਬਰੀ ਹੋਏ ਆਪਾਂ ਇਹ ਕਹਿ ਸਕਦੇ ਹਾਂ। ਇਹ ਹੋਏ ਕੈਪਟਨ ਪ੍ਰੋਹਤ ਹੋਏ ਜਾਂ ਹੋਰ ਦੋ ਤਿੰਨ ਆਗੂ ਜਿਹੜੇ ਨਾਲ ਜੁੜਦੇ ਸੀ, ਪਰ ਗਿੱਲ ਸਾਹਿਬ ਇੱਕ ਪਾਸੇ ਜੰਗੀਰ ਕੌਰ ਹੋ ਰਿਹਾ ਉਹ ਵੀ ਦਾਗੀ ਕਿਰਦਾਰ ਵਾਲੇ, ਉਹਨਾਂ ਨੂੰ ਵੀ ਅਕਾਲੀ ਦਲ ਨੇ ਮੈਦਾਨ ਚ ਉਤਾਰਿਆ, ਉਧਰੋਂ ਬੀਜੇਪੀ ਵਾਲੇ ਨੇ ਇਹਨਾਂ ਨੂੰ ਉਤਾਰਿਆ, ਇੱਕ ਉੱਥੇ ਆਪਣੇ ਗੁਜਰਾਤ ਦੇ ਵਿੱਚ ਵੀ ਇਹੋ ਜਿਹਾ ਆਗੂ ਆ ਜਿਹੜੇ ਨੇ ਖੁਦ ਮੰਨਿਆ ਕਿ ਮੇਰੇ ਤੇ ਵੀ ਦੋਸ਼ ਸੀਗੇ। ਤੇ ਵੈਸੇ ਤਾਂ ਦੋਸ਼ ਕਈ ਹੁੰਦੇ ਹੈਗੇ, ਹੁਣ ਮੈਂ ਤੁਹਾਡੇ ਤੇ ਕੋਈ ਪਰਚਾ ਕਰਾ ਦਿਆਂ ਉਹ ਵੀ ਦੋਸ਼ ਆ, ਕੋਈ ਛੋਟਾ ਮੋਟਾ ਤੁਸੀਂ ਮੇਰੇ ਤੇ ਕਰਾ ਦਿਓ ਉਹ ਵੀ ਹੋ, ਪਰ ਜਿਹੜੇ ਸੰਗੀਨ ਦੋਸ਼ ਲੱਗਣੇ ਆ ਸ਼ਰੇਆਮ ਲਗਭਗ ਕਲੀਅਰ ਹੋਣ ਤੱਕ ਸਾਹਮਣੇ ਆ ਜਾਂਦੇ, ਇਹੋ ਜਿਹੇ ਦੋਸ਼ਾਂ ਚ ਲਿਪਤ ਲੋਕ ਆ ਜੇ ਫੇਰ ਵੀ ਉਹਨਾਂ ਨੂੰ ਉਮੀਦਵਾਰ ਬਣਾ ਕੇ ਲੋਕਾਂ ਦੇ ਰੀਪ੍ਰੈਜੈਂਟੇਟਿਵ ਬਣਾ ਕੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਾਂ ਕੀਤੀ ਜਾਂਦੀ ਹੈ, ਕਾਮਯਾਬੀ ਹੋ ਜਾਂਦੀਆਂ ਪਾਰਟੀਆਂ, ਤਾਂ ਫਿਰ ਇਹ ਕੀ ਦੱਸਣਾ ਚਾਹੁੰਦੇ ਆ? ਕੀ ਸਮਾਜ ਦੇ ਲੋਕ ਮੂਰਖ ਹੈ ਜਿਹੜੇ ਇਹੋ ਜਿਹੇ ਲੋਕਾਂ ਨੂੰ ਵੋਟਾਂ ਪਾ ਦਿੰਦੇ ਆ, ਜਾਂ ਫਿਰ ਲਾਲਚ ਹੈ ਜੀ? ਦੇਖੋ ਜੀ, ਸਮਾਜ ਦੇ ਜਿਹੜਾ ਸਾਡਾ ਵੋਟਰ ਵਰਗ ਹੈ ਉਹਨਾਂ ਨੂੰ ਗੁੰਮਰਾਹ ਕਰਨ ਲਈ ਤਾਂ ਲੰਬੇ ਅਰਸੇ ਤੋਂ ਇੱਕ ਚੱਲਿਆ ਆ ਰਿਹਾ ਵਾ, ਪਰ ਤੁਸੀਂ ਇੱਕ ਗੱਲ ਹੋਰ ਦੇਖੋ,
ਹੁਣ ਤਾਂ ਸਿਰਫ ਦਾਗੀ ਨੀ, ਇੱਕ ਨਵੀਂ ਗੱਲ ਵੀ ਸਾਹਮਣੇ ਆ ਗਈ। ਮੈਂ ਕਰਨੀ ਚਾਹੁੰਦਾ ਸੀ ਸਿੱਧੂ ਸਾਹਿਬ, ਹੁਣ ਮੈਨੂੰ ਇਹਦੇ ਨਾਲ ਜੋੜ ਕੇ ਇਹਨੂੰ ਸਿਰੇ ਲਾਉਣਾ। ਜਦੋਂ ਅਸੀਂ ਨਿੱਕੇ ਹੁੰਦੇ ਸੀ ਉਦੋਂ ਸੁਣਦੇ ਸੀ ਵੀ ਬਹੁਆਂ ਤੋਂ ਚੋਰ ਮਰਵਾਉਣੇ। ਆਹੋ ਸਹੀ ਹੈ ਜੀ। ਉਦੋਂ ਤਾਂ ਨਿੱਕੇ ਹੁੰਦੇ ਨੂੰ ਪਤਾ ਨੀ ਲੱਗਿਆ ਵੀ ਬਹੁਆਂ ਤੋਂ ਚੋਰ ਮਰਵਾਉਣ ਦਾ ਮਤਲਬ ਕੀ ਹੁੰਦਾ। ਆ ਪਰਸੋਂ ਪਤਾ ਲੱਗਿਆ ਵੀ ਬਹੁਆਂ ਤੋਂ ਚੋਰ ਕਿਵੇਂ ਮਰਵਾਈਦੇ ਆ। ਫਤਿਹਗੜ੍ਹ ਸਾਹਿਬ ਦੋ ਥਾਈ ਜੀ 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 ਦੁੱਲੋ ਸਾਹਿਬ ਪਾਰਟੀ ਨਾਲ ਹੋਏ ਨਾਰਾਜ਼, ਤੇ ਫਿਰ ਉਹਨਾਂ ਨੇ ਪਾਰਟੀ ਦੇ ਖਿਲਾਫ਼ ਆਪਦੀ ਘਰਵਾਲੀ ਨੂੰ ਆਪ ਚ ਵਾੜ ਕੇ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜਾ ਦਿੱਤੀ ਜੀ। ਉਧਰ ਸ਼ਤਰੂਘਨ ਸਿਨਹਾ ਜਿਹੜੇ ਸਾਡੇ ਫਿਲਮੀ ਸਿਤਾਰੇ ਨੇ ਉਹ ਬੀਜੇਪੀ ਤੋਂ ਨਾਰਾਜ਼ ਹੋਏ ਤੇ ਉਹ ਕਾਂਗਰਸ ਦੀ ਟਿਕਟ ਦੇ ਉੱਤੇ ਬਿਹਾਰ ਦੇ ਵਿੱਚੋਂ ਚੋਣ ਲੜ ਰਹੇ ਨੇ ਜੀ। ਤੇ ਉਹਨਾਂ ਨੇ ਕੱਲ ਆਪਣੀ ਪਤਨੀ ਜਿਹੜੀ ਸੀ ਉਹਨੂੰ ਇੱਥੋਂ ਲਖਨਊ ਤੋਂ ਅੱਜ ਉਹਦੇ ਕਾਗਜ਼ ਭਰੇ ਨੇ ਤੇ ਰੋਡ ਸ਼ੋਅ ਕਰਕੇ ਉਹਨਾਂ ਨੂੰ ਕੱਲ ਡਿਕਲੇਅਰ ਕਰਤਾ ਸੀਗਾ। ਉਹ ਕੱਲ ਸਮਾਜਵਾਦੀ ਪਾਰਟੀ ਤੋਂ ਇੱਕੋ ਟੱਬਰ ਦੇ ਜੀ ਕਈ ਕਈ ਪਾਰਟੀਆਂ ਚ ਤੁਰੇ ਫਿਰਦੇ ਨੇ ਵੀ ਮੈਨੂੰ ਇੱਧਰ ਨੀ ਮਿਲੀ, ਉਹ ਕਹਿੰਦੇ ਵੀ ਠੀਕ ਆ ਚੱਲ ਇੱਧਰੋਂ ਨਾ ਸਹੀ ਤੇ ਉੱਧਰੋਂ ਸਹੀ। ਤੇ ਇਵੇਂ ਆ ਜਿਹੜੇ ਦਾਗੀ ਲੋਕ ਨੇ ਉਹ ਵੀ ਉਹ ਕਹਿੰਦੇ ਵੀ ਜਿੰਨਾ ਚਿਰ ਤੋਂ ਸਿੱਧੂ ਸਾਹਿਬ ਨਾਲ ਨੇ ਉਹਨਾਂ ਚਿਰ ਦਾਗੀ, ਜਦੋਂ ਮੇਰੇ ਪਾੜੇ ਚ ਆ ਗਏ ਤੇ ਮੈਂ ਉਹਨਾਂ ਨੂੰ ਜਦੇ ਗੰਗਾ ਜਲ ਦਾ ਛਿੱਟਾ ਦੇਣਾ, ਤੂੰ ਜਦੇ ਦੁੱਧ ਉੱਤੇ ਹੋ ਜਾਣਾ ਜੀ ਕਾਕੂ ਮੇਰਾ ਸੌਖਾ। ਸਹੀ ਸਹੀ। ਤੇ ਇੱਧਰ ਬਾਦਲ ਸਾਹਿਬ ਹੈ ਜਿਹੜੇ ਜੀ, ਇਹਨਾਂ ਦੇ ਵੀ ਪੇਚ ਜੇ ਫਸੀ ਜਾਂਦੇ ਆ। ਗੁਲਜ਼ਾਰ ਸਿੰਘ ਰਣੀਕੇ ਹੋਰਾਂ ਦੇ ਹੱਕ ਚ ਪ੍ਰਚਾਰ ਕਰਨ ਪਹੁੰਚੇ ਸੀ। ਹਾਂ ਸਿੱਧੂ ਸਾਹਿਬ ਅੱਜ ਬੜੀ ਅਜੀਬ ਗੱਲ ਹੋ ਗਈ, ਜਦੋਂ ਬਾਦਲ ਸਾਹਿਬ ਮੀਡੀਆ ਨਾਲੇ ਗੱਲ ਕਰ ਰਹੇ ਸੀ ਉਹਨਾਂ ਦੇ ਸਿਰ ਤੇ ਖੁਦ ਕਾਲੀ ਦਸਤਾਰ ਸਜਾਈ ਹੋਈ ਸੀ ਜੀ। ਤੇ ਉਹ ਪਿੰਡ ਕੋਟ ਸੁਖੀਆ, ਇਹ ਲੰਬੀ ਹਲਕੇ ਦਾ ਪਿੰਡ ਹੈ ਤੇ ਫਰੀਦਕੋਟ ਲੋਕ ਸਭਾ ਹਲਕੇ ਚ, ਜਿੱਥੇ ਗੁਲਜ਼ਾਰ ਸਿੰਘ ਰਣੀਕੇ ਅਕਾਲੀ ਦਲ ਦੇ ਉਮੀਦਵਾਰ ਨੇ, ਉਹਦੇ ਹੱਕ ਚ ਪ੍ਰਚਾਰ ਕਰਨ ਲਈ ਗਏ ਹੋਏ ਸੀ। ਉਹਨਾਂ ਨੂੰ ਉੱਥੇ ਕਾਲੀਆਂ ਝੰਡੀਆਂ ਦਿਖਾਤੀਆਂ ਕੁਛ ਲੋਕਾਂ ਨੇ, ਉਹਨਾਂ ਚ ਸ਼ਾਇਦ ਉਹ ਜਿਹੜੇ ਹੈਗੀ ਆ ਜਿਹੜਾ ਮੋਰਚਾ ਪੰਥ ਸੀਗਾ ਬਹਿਬਲ ਕਾਂਡ ਵਾਲਾ, ਤੇ ਉਹਨਾਂ ਚ ਕੁਛ ਉਹਨਾਂ ਦੇ ਸਮਰਥਕ ਸੀ। ਪਰ ਬਾਦਲ ਸਾਹਿਬ ਦਾ ਜਿਹੜਾ ਦੁੱਖ ਸੀਗਾ ਉਹ ਅੱਜ ਛਲਕ ਗਿਆ ਜੀ, ਉਹਨਾਂ ਤੋਂ ਰਿਹਾ ਨੀ ਗਿਆ। ਉਹ ਕਹਿੰਦੇ ਵੀ ਯਾਰ ਵੋਟਾਂ ਨਹੀਂ ਪਾਉਣੀਆਂ ਨਾ ਪਾਇਓ, ਆ ਕਾਲੀਆਂ ਝੰਡੀਆਂ ਕਾਹਦੇ ਲਈ ਦਿਖਾਈ ਜਾਂਦੇ ਜੀ। ਨਿਹਣਾ ਮਾਰਿਆ ਉਹਨਾਂ ਨੇ ਇੱਕ ਕਿਸਮ ਦਾ, ਤੇ ਨਾਲ ਇਹ ਵੀ ਕਿਹਾ ਵੀ ਇਹ ਕਾਂਗਰਸ ਦੀ ਹੋਸ਼ੀ ਰਾਜਨੀਤੀ ਆ। ਤੇ ਖੁਦ ਬਾਦਲ ਸਾਹਿਬ ਦੀ ਉਸ ਵੇਲੇ ਕਾਲੀ ਦਸਤਾਰ ਸਜਾਈ ਹੋਈ ਸੀ। ਜੇ ਆਪਾਂ ਸਿੱਧੂ ਸਾਹਿਬ ਪਿੱਛੇ ਮਰ ਜਾ ਇਤਿਹਾਸ ਵੱਲ ਨਜ਼ਰ ਮਾਰੀਏ ਜੀ, ਤਾਂ ਅਕਾਲੀ ਦਲ ਦੀ ਹੋਂਦ ਹੀ ਵਿਦਰੋਹ ਚੋਂ ਆਈ ਆ। 1920 ਚ ਜਦੋਂ ਅਕਾਲੀ ਦਲ ਬਣਿਆ ਤਾਂ ਉਦੋਂ ਬਰਤਾਨਵੀ ਸਾਮਰਾਜ ਦੇ ਖਿਲਾਫ ਵੱਡੀ ਲੜਾਈ ਸੀ, ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਸੀ। ਤੇ ਉਹਨਾਂ ਸਮਿਆਂ ਦੇ ਵਿੱਚ ਉਦੋਂ ਨੀਲੀਆਂ ਪੱਗਾਂ ਬੰਨਦੇ ਸੀ ਜਿਹੜੇ ਗੁਰੂ ਦੇ ਸਿੰਘ ਸੀ, ਆਮ ਤੌਰ ਤੇ ਕਾਲੀ ਦਸਤਾਰ ਨਹੀਂ ਸੀ ਸਜਾਉਂਦੇ, ਤੇ ਉਹ ਨੀਲੀਆਂ ਪੱਗਾਂ ਬੰਨਦੇ ਸੀ। ਤੇ ਉਦੋਂ ਉਹਨਾਂ ਦਿਨਾਂ ਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਸੀ ਗੋਰਿਆਂ ਦੀ ਸਰਕਾਰ ਦਾ, ਉਹਨੇ ਵੀ ਇਹ ਕਾਲੀਆਂ ਝੰਡੀਆਂ ਲੈ ਕੇ ਜਾਂ ਕਾਲੀਆਂ ਪੱਗਾਂ ਬੰਨ ਕੇ ਜਾਂ ਕਾਲੀਆਂ ਚੁੰਨੀਆਂ ਲੈ ਕੇ ਲੋਕ ਕਾਲਾ ਕੱਪੜਾ ਦਿਖਾ ਕੇ ਵਿਰੋਧ ਕਰਦੇ ਸੀ ਗੋਰਿਆਂ ਦੀ ਸਰਕਾਰ ਦਾ। ਉਹਨਾਂ ਨੇ ਇਸ ਗੱਲ ਦੇ ਉੱਤੇ ਪਾਬੰਦੀ ਲਾ ਦਿੱਤੀ ਵੀ ਕਾਲਾ ਕੱਪੜਾ ਹੀ ਨੀ ਪਾਉਣ ਦੇਣਾ ਅਸੀਂ ਕਿਸੇ ਨੂੰ, ਨਾ ਸਿਰ ਤੇ ਲੈਣ ਦੇਣਾ ਜੀ। ਤੇ ਅਕਾਲੀ ਦਲ ਨੇ ਉਸ ਵਿਦਰੋਹ ਦੇ ਵਿੱਚ ਗੁੱਸੇ ਚ ਉਹਦਾ ਵਿਰੋਧ ਕਰਨ ਲਈ ਪੱਕੇ ਤੌਰ ਤੇ ਵਿਰੋਧ ਦਰਜ ਕਰਾਉਣ ਲਈ ਫੈਸਲਾ ਕਰ ਲਿਆ ਵੀ ਅਕਾਲੀ ਆਗੂ ਜਿਹੜੇ ਨੇ ਉਹ ਕਾਲੀਆਂ ਦਸਤਾਰਾਂ ਸਜਾਉਣਗੇ ਜੀ। ਤੇ ਜੇ ਤੁਸੀਂ ਨਿਗਾਹ ਮਾਰੋ ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਆਪਦੇ ਮਰਦੇ ਦਮ ਤੱਕ ਉਹਨਾਂ ਨੇ ਕਾਲੀ ਪੱਗ ਨੂੰ ਸਿਰ ਤੋਂ ਲਾਈ ਜੀ, ਜਿਹੜੇ ਟਕਸਾਲੀ ਅਕਾਲੀ ਸੀ। ਹੋਰ ਬਹੁਤ ਸਾਰੇ, ਪਰ ਹਾਲਾਂਕਿ ਬਾਦਲ ਸਾਹਿਬ ਨੇ ਤਾਂ ਕਈ ਵਾਰੀ ਹੋਰ ਤਰ੍ਹਾਂ ਦੀਆਂ ਰੰਗਾਂ ਦੀਆਂ ਪੱਗਾਂ ਵੀ ਬੰਨੀਆਂ ਹੋਣਗੀਆਂ, ਤਕਵੀਰ ਹੋਣੀ ਵੀ ਹੋਰ ਰੰਗ ਵੀ ਬੰਨ ਲੈਂਦੇ ਨੇ, ਪਰ ਉਂਝ ਜਿਹੜੇ ਟਕਸਾਲੀ ਅਕਾਲੀ ਸੀ ਪੁਰਾਣੇ ਉਹ ਸਾਰੇ ਕਾਲੀ ਪੱਗ ਹੀ ਬੰਨਦੇ ਸੀ, ਕਾਲੀਆਂ ਦਸਤਾਰਾਂ ਸਜਾ ਕੇ ਰੱਖਦੇ ਸੀ। ਇੱਥੋਂ ਤੱਕ ਵੀ ਬੀਬੀਆਂ ਵੀ ਸਿਰਾਂ ਦੇ ਉੱਤੇ ਕਾਲੀਆਂ ਚੁੰਨੀਆਂ ਲੈਂਦੀਆਂ ਸੀ, ਇਹ ਸਿਰਫ ਵਿਰੋਧ ਦਾ ਪ੍ਰਤੀਕ ਸੀ। ਤੇ ਇਵੇਂ ਹੀ ਹੁਣ ਕਾਲੀਆਂ ਝੰਡੀਆਂ ਵਿਰੋਧ ਦਾ ਪ੍ਰਤੀਕ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਹੁਣ ਇਹਨਾਂ ਨੂੰ ਥਾਂ ਥਾਂ ਦੇ ਉੱਤੇ ਇਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਤੇ ਹੁਣ ਉਸੇ ਨਮੋਸ਼ੀ ਦੇ ਵਿੱਚੋਂ ਇਹ ਗੱਲ ਆਈ ਵੀ ਉਹਨਾਂ ਨੂੰ ਉੱਥੇ ਕੋਟ ਸੁਖੀਏ ਚ ਵੀ ਝੰਡੀਆਂ ਦਿਖਾਤੀਆਂ, ਤੇ ਬਾਦਲ ਸਾਹਿਬ ਦਾ ਫਿਰ ਦਰਦ ਜਿਹੜਾ ਸੀ ਉਹ ਅੱਖਾਂ ਉਹਨਾਂ ਦੇ ਗਲੇ ਚੋਂ ਬਾਹਰ ਆਇਆ, ਤੇ ਉਹਨਾਂ ਨੇ ਕਿਹਾ ਵੀ ਯਾਰ ਵੋਟਾਂ ਪਾਉਣੀਆਂ ਨਾ ਪਾਇਓ, ਨਹੀਂ ਪਾਉਣੀਆਂ ਨਾ ਪਾਇਓ, ਪਰ ਕਾਲੀਆਂ ਝੰਡੀਆਂ ਨਾ ਦਿਖਾਓ। ਗਿੱਲ ਸਾਹਿਬ, ਪੱਗਾਂ ਦੀ ਜੇ ਗੱਲ ਚੱਲੀ ਹੈ ਤਾਂ ਇੱਕ ਵੇਲਾ ਸੀ ਜਦੋਂ ਪਹਿਲਾਂ ਹੁੰਦਾ ਸੀ ਜੇ ਚਿੱਟੀ ਪੱਗ ਬੰਨੀ ਆ ਤੁਸੀਂ ਕਾਂਗਰਸੀ ਹੋ, ਨੀਲੀ ਪੱਗ ਅਕਾਲੀਆਂ ਦੀ ਪਹਿਚਾਣ ਹੁੰਦੀ ਸੀ ਤੇ ਲਾਲ ਕਾਮਰੇਡਾਂ ਦੀ। ਹੁਣ
ਸਿਆਸਤ ਦੇ ਵਿਚ ਵੀ ਮਿਲਗੋਬਾ ਹੋ ਗਿਆ, ਸਾਰੀਆਂ ਪੱਗਾਂ ਸਾਰੀਆਂ ਪਾਰਟੀਆਂ ਦੇ ਲੋਕ ਬੰਨੀ ਜਾਂਦੇ ਆ। ਸੋ ਇਹ ਹੁਣ ਅੱਜ ਕੱਲ ਸ਼ਨਾਖਤ ਜੀ ਤਾਂ ਗਾਇਬ ਹੁੰਦੀ ਜਾਂਦੀ, ਉਹ ਵੱਖਰੀ ਗੱਲ ਹੈ ਕਿ ਭਗਤ ਸਿੰਘ ਹੋਰਾਂ ਨੇ ਕਦੇ ਕਹਿੰਦੇ ਪੀਲੀ ਪੱਗ ਬੰਨੀ ਹੋਈ ਨੀ ਸੀ, ਬਸੰਤੀ ਜਿਹੜੀ ਕਹੀ ਜਾਂਦੀ ਤੇ ਉਹ ਇੱਕ ਪਾਰਟੀ ਵਾਲੇ ਹੁਣ ਉਹ ਦਾਅਵੇਦਾਰ ਵੀ ਬਣੇ ਬੈਠੇ ਭਗਵੰਤ ਮਾਨ ਵਰਗੇ ਕਿ ਭਾਈ ਇਸ ਤਾਂ ਉਹਦੀ ਸੋਚ ਦੇ ਵਾਰਸ, ਉਹ ਪੀਲੇ ਰੰਗ ਦੀ ਬੰਨੀ ਫਿਰਦੇ ਹੁੰਦੇ। ਨਹੀਂ ਜੀ, ਭਗਵੰਤ ਮਾਨ ਤੋਂ ਪਹਿਲਾਂ ਮਨਪ੍ਰੀਤ ਬਾਦਲ ਹੋਰਾਂ ਨੇ ਇੱਕੋ ਹੀ ਸੀਗੇ ਜੀ ਪਹਿਲਾਂ, ਉੱਥੇ ਤਾਂ ਪਹਿਲਾਂ ਇਕੱਠੇ ਸੀ ਪੀ ਪੀ ਬਣਾ ਕੇ, ਜਦੋਂ ਭਗਤ ਸਿੰਘ ਦੇ ਨਗਰ ਤੋਂ ਉਹਨਾਂ ਦੇ ਖਟਕੜ ਕਲਾ ਤੋਂ ਜਦੋਂ ਇਹਨਾਂ ਨੇ ਸਹੁੰ ਖਾ ਕੇ ਪੱਗਾਂ, ਉਦੋਂ ਇਹਨਾਂ ਨੇ ਜਿਹੜੀ ਈਵਨ ਜਿਹੜੀ ਇਹਨਾਂ ਦੀ ਉਹ ਝੰਡੀ ਹੁੰਦੀ ਸੀਗੀ ਜਿਹਦੇ ਉੱਤੇ ਪਤੰਗ ਦਾ ਨਿਸ਼ਾਨ ਸੀ, ਉਹ ਵੀ ਪੀਲੀ ਸੀ ਕੇਸਰੀ ਰੰਗ ਦੀ, ਤੇ ਇਹ ਪੱਗਾਂ ਸਹਿਜੀਆਂ ਸੀ। ਹਾਲਾਂਕਿ ਇਤਿਹਾਸ ਚ ਐਸਾ ਕੋਈ ਵੀ ਦਸਤਾਵੇਜ਼ ਨਹੀਂ ਉਪਲਬਧ ਹੈ, ਨਾ ਹੀ ਐਸਾ ਕੋਈ ਹਵਾਲਾ ਮਿਲਦਾ ਕਿਤੇ ਬਈ ਕਦੇ ਭਗਤ ਸਿੰਘ ਹੋਰਾਂ ਨੇ ਇਸ ਰੰਗ ਦੀ ਪੱਗ ਬੰਨੀ ਹੋਈ ਜੀ। ਤੇ ਗਿੱਲ ਸਾਹਿਬ, ਅਸੀਂ ਨਾਲ ਜੇ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਨੂੰ ਥੋੜਾ ਜਿਹਾ ਰੁੱਖ ਕਰੀਏ ਤੇ ਦੇਖੀਏ ਇੱਥੇ ਕੀ ਕੁਛ ਹੋ ਰਿਹਾ। ਜੇ ਬਠਿੰਡੇ ਵਾਲੀ ਸੀਟ ਦੀ ਅਸੀਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ, ਇੱਥੇ ਪੇਚ ਪੂਰੇ ਦਾ ਪੂਰਾ ਫਸਿਆ ਪਿਆ। ਉਧਰੋਂ ਅਸੀਂ ਪੱਗ ਦੀ ਗੱਲ ਕਰਦੇ ਸੀ, ਕਹਿੰਦੇ ਪੱਗ ਤਾਂ ਛੱਡੋ ਪਾਰਟੀ ਬਦਲ ਲੈਂਦੇ। ਅੱਜ ਹੀ ਮੈਨੂੰ ਸਾਡੇ ਸੀਨੀਅਰ ਜਰਨਲਿਸਟ ਨੇ ਆਪਣੀ ਟੀਮ ਦੇ ਕਮਾਨ ਸਾਹਿਬ ਉਹਨਾਂ ਦਾ ਫੋਨ ਆਇਆ, ਕਹਿੰਦੇ ਜੀ ਜਗਮੀਤ ਬਰਾੜ ਹੋਰਾਂ ਨੇ 10:15 ਕਾਲ ਕਰਤੀ ਹੈ ਵੀ ਆ ਜਾਓ ਭਾਈ, ਪ੍ਰੈਸ ਕਾਨਫਰੰਸ ਹੋਊਗੀ ਘਰੇ ਸੁਖਬੀਰ ਬਾਦਲ ਦੇ, ਜਿਹੜੇ ਵੱਡੇ ਬਾਦਲ ਹੈ ਉਹ ਉਹਨਾਂ ਦੇ ਘਰ ਪਹੁੰਚ ਰਹੇ ਆ ਕੱਲ ਨੂੰ, ਤੇ ਕਿੱਥੋਂ ਤੱਕ ਪਹੁੰਚਣਗੇ ਇਹ ਤਾਂ ਕਹਿਣਾ ਬੜਾ ਮੁਸ਼ਕਿਲ ਹੈ। ਪਰ ਫਰੀਦਕੋਟ ਤੇ ਫਿਰੋਜ਼ਪੁਰ ਵਾਲੀ ਬਠਿੰਡੇ ਵਾਲੀ ਸੀਟ ਹੈ ਜਿਹੜੀ, ਫਿਰੋਜ਼ਪੁਰ ਤੇ ਬਠਿੰਡਾ ਕਾਫੀ ਟਫ ਹੋਈਆਂ ਪਈਆਂ ਜੀ ਹਜੇ ਤਾਂ ਉਮੀਦਵਾਰ ਐਲਾਨਣ ਦੇ ਮਾਮਲੇ ਚ। ਹਾਲਾਂਕਿ ਅੱਜ ਬੀਬੀ ਸੋਰੀ ਹਰਸਿਮਰਤ ਕੌਰ ਬੀਬੀ ਜੀ ਨੇ ਕਿਹਾ ਬਈ ਮੇਰੇ ਸਹੁਰਾ ਸਾਹਿਬ ਜਿਹੜੇ ਬਾਪੂ ਜੀ ਨੇ ਸਾਡੇ, ਉਹ ਕੇਂਦਰੀ ਸਿਆਸਤ ਦੇ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ, ਤੇ ਪਰ ਨਾਲ ਇਹ ਵੀ ਗੱਲ ਕੱਲ ਤੋਂ ਵੱਡੀ ਚਰਚਾ ਚੱਲ ਰਹੀ ਆ ਬਈ ਜੇ ਕਿਤੇ ਕਾਂਗਰਸ ਨੇ ਕੋਈ ਵੱਡਾ ਉਮੀਦਵਾਰ ਵੱਡੇ ਕੱਦ ਦਾ ਜਾਂ ਵਜਨਦਾਰ ਉਮੀਦਵਾਰ ਮੈਦਾਨ ਚ ਲਿਆਂਦਾ ਤਾਂ ਫਿਰ ਅਕਾਲੀ ਦਲ ਦੀ ਪੱਤ ਬਚਾਉਣ ਲਈ, ਪੱਗ ਦਾ ਜਿਹਨੂੰ ਕਹਿੰਦੇ ਨੇ ਤੌਰਾ ਨੀਵਾਂ ਨਾ ਹੋ ਜਾਵੇ, ਉਹਨੂੰ ਬਚਾਉਣ ਲਈ ਵੱਡੇ ਬਾਦਲ ਸਾਹਿਬ ਵੀ ਖੁਦ ਮੈਦਾਨ ਚ ਆ ਸਕਦੇ ਨੇ। ਇਸ ਬਹਾਨੇ ਬੀਬੀ ਜੀ ਨੂੰ ਫਿਰ ਫਿਰੋਜ਼ਪੁਰ ਭੇਜਣਾ ਸੌਖਾ ਹੋ ਜੂ, ਉਂਝ ਜੇ ਉਹ ਛੱਡ ਕੇ ਇੱਥੋਂ ਉੱਥੇ ਜਾਣਗੇ ਤਾਂ ਫਿਰ ਉਹਨਾਂ ਨੂੰ ਭਗੌੜਿਆਂ ਚ ਨਾ ਲਿਆ ਜਾਊਗਾ ਜਾਂ ਡਰਗਿਆਂ ਚ ਨਾ ਲਿਆ ਜਾਊਗਾ, ਤੇ ਇਹ ਕਹਾਉਣਾ ਕੋਈ ਸਿਆਸਤਦਾਨ ਚੰਗਾ ਨਹੀਂ ਸਮਝਦਾ, ਤੁਹਾਨੂੰ ਪਤਾ ਹੀ ਹੈ। ਤੇ ਹੁਣ ਜੇ ਆਪਾਂ ਨਿਗਾਹ ਮਾਰੀਏ ਦੂਜੇ ਪਾਸੇ ਕਾਂਗਰਸ ਦੇ ਕੈਂਡੀਡੇਟਾਂ ਵੱਲ, ਤਾਂ ਕਾਂਗਰਸ ਨੇ ਮਨਪ੍ਰੀਤ ਬਾਦਲ ਹੋਰਾਂ ਨੂੰ ਵੀ ਕਿਹਾ ਵੀ ਤੁਸੀਂ ਚੋਣ ਲੜੋ, ਹਾਲਾਂਕਿ ਉਹਨਾਂ ਨੇ ਜਵਾਬ ਦਿੱਤਾ। ਤੇ ਨਵਜੋਤ ਸਿੱਧੂ ਹੋਰਾਂ ਨੂੰ ਵੀ ਕਿਹਾ, ਨਵਜੋਤ ਸਿੱਧੂ ਹੋਰਾਂ ਦੀ ਪਤਨੀ ਬੀਬੀ ਨਵਜੋਤ ਨੂੰ ਵੀ ਕਿਹਾ ਵੀ ਤੁਸੀਂ ਉੱਥੇ ਜਾ ਕੇ ਦਿਖਾਓ ਦਮ। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਉਹਨਾਂ ਨੂੰ, ਉਹਨਾਂ ਨੇ ਇਹ ਵੀ ਕਿਹਾ ਵੀ ਹਾਰੋ ਜਿੱਤੋ ਅਲੱਗ ਗੱਲ ਹੈ ਜੀ, ਬਈ ਤੁਸੀਂ ਉੱਥੇ ਜਾ ਕੇ ਚੋਣ ਲੜੋ, ਉਹਦੇ ਬਦਲੇ ਚ ਤੁਹਾਨੂੰ ਕੋਈ ਨਾ ਕੋਈ ਹੋਰ ਇਨਾਮ ਵੀ ਦੇ ਦਿਆਂਗੇ। ਪਰ ਹਾਲੇ ਤੱਕ ਸਿੱਧੂ ਸਾਹਿਬ ਨੇ ਇਸ ਗੱਲ ਲਈ ਪੈਰ ਲਾਏ ਨਹੀਂ ਹੈ। ਉਹਨਾਂ ਨੇ ਕਿਹਾ ਵੀ ਮੇਰੀ ਪਤਨੀ ਨੇ ਤਾਂ ਚੰਡੀਗੜ੍ਹ ਤੋਂ ਟਿਕਟ ਮੰਗੀ ਸੀ, ਉੱਥੋਂ ਪਾਰਟੀ ਨੇ ਦਿੱਤੀ ਨਹੀਂ ਹੈ, ਇਸ ਕਰਕੇ ਅਸੀਂ ਤਾਂ ਸਬਰ ਦਾ ਘੁੱਟ ਭਰ ਲਿਆ, ਹੁਣ ਅਸੀਂ ਹੋਰ ਥਾਂ ਤੋਂ ਨਹੀਂ ਲੜਨਾ, ਅੱਗੇ ਬਾਰੇ ਅਸੀਂ ਗਾਹਾਂ ਨੂੰ ਰਣਨੀਤੀ ਦੁਬਾਰਾ ਬਣਾਵਾਂਗੇ, ਹੋਰ ਕੀ ਕਰਨਾ। ਪਰ ਉਹਨਾਂ ਨੇ ਕਿਹਾ ਵੀ ਮੈਂ ਚੋਣ ਨਹੀਂ ਲੜਨੀ ਹੈ। ਹੁਣ ਹੋਰ ਭਾਰਾ ਕੈਂਡੀਡੇਟ ਕਿੱਥੋਂ ਲਿਆਊਗੀ ਕਾਂਗਰਸ ਕੱਢ ਕੇ ਇਹਨਾਂ ਤੋਂ ਬਿਨਾਂ, ਇਹਦੇ ਬਾਰੇ ਹਾਲੇ ਕੋਈ ਪੱਤੇ ਨਹੀਂ ਖੋਲੇ ਜਾ ਰਹੇ। ਕਹਿੰਦੇ ਨੇ ਵੀ ਸ਼ਾਇਦ ਕੱਲ ਨੂੰ ਦੁਬਾਰਾ ਮੀਟਿੰਗ ਦਾ ਕੋਈ ਹੈਗੀ ਚਾਂਸ, ਕੈਪਟਨ ਸਾਹਿਬ ਨਾਲ ਕੋਈ ਜਿਹੜੀ ਉਹ ਬੀਬੀ ਆਸ਼ਾ ਹੈਗੇ ਨੇ, ਉਹ ਸ਼ਾਇਦ ਕੋਈ ਮੀਟਿੰਗ ਕਰਨਗੇ। ਇੱਕ ਵੱਡਾ ਸਵਾਲ ਹੈ ਜੀ ਇਸ ਵਕਤ, ਕਿਉਂਕਿ ਜਿਤਨਾ ਤੋਂ ਪਰਾਂ ਦੀਆਂ ਗੱਲਾਂ, ਹਜੇ ਤਾਂ ਉਮੀਦਵਾਰ ਐਲਾਨੇ ਜਾਣਾ ਹੈ, ਤੇ ਜਿਹੜੀਆਂ ਪਾਰਟੀਆਂ ਨੇ ਉਮੀਦਵਾਰ ਐਲਾਨ ਵੀ ਦਿੱਤੇ ਨੇ ਉਹਨਾਂ ਦੇ ਵਿੱਚ ਵੀ ਹੁਣ ਰੌਲਾ ਰੱਪਾ ਜਿਹਾ ਕਈ ਥਾਵਾਂ ਤੇ ਚੱਲੀ ਜਾਂਦਾ, ਜਿਵੇਂ ਤੁਸੀਂ ਗੱਲ ਕਰਕੇ ਹਟੇ ਹੋ ਫਤਿਹਗੜ੍ਹ ਸਾਹਿਬ ਦੀ, ਕਿ ਉਹ ਕਹਿੰਦੇ ਸੀ ਵਲੰਟੀਅਰਾਂ ਨੂੰ ਟਿਕਟ ਦੇਵਾਂਗੇ ਤੇ ਬੀਬੀ ਹੋਰੇ ਆ 4 ਮਿੰਟਾਂ ਚ ਵਲੰਟੀਅਰ ਬਣੇ, ਨਾਲ ਦੀ ਨਾਲ ਟਿਕਟ ਵੀ ਮਿਲ ਗਈ। ਬਾਕੀ ਥਾਵਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਦਾ ਘੋਗਾ ਜਿਹਾ ਚਿੱਤ ਹੋਇਆ ਹੀ ਪਿਆ ਲੱਗਦਾ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਧੜਾ ਜਿਹੜਾ, ਉਹਨੂੰ ਕਿਵੇਂ ਦੇਖ ਰਹੇ ਹੋ ਅੱਜ ਦੀ ਘੜੀ ਪੰਜਾਬ ਦੇ ਵਿੱਚ, ਜਾਂ ਅਸੀਂ ਪੂਰੇ ਪੀਡੀਏ ਦੀ ਗੱਲ ਕਰੀਏ? ਜੇ ਮਤਲਬ ਹੈ ਮੈਨੂੰ ਸੱਚੀ ਮੁੱਚੀ ਜੇ ਇਮਾਨਦਾਰੀ ਨਾਲ ਗੱਲ ਕਹਿਣੀ ਹੋਵੇ ਤਾਂ ਮੈਨੂੰ ਐਂ ਲੱਗਦਾ ਕਿ ਠੀਕ ਹੈ ਵੀ ਭਾਵੇਂ ਅੱਜ ਬੜੇ ਲੋਕੀ ਉਹਨਾਂ ਨੂੰ ਗੈਰਤਮੰਦ ਦਾ ਨਾਂ ਵੀ ਦਿੰਦੇ ਨੇ, ਹੋਰ ਬੜਾ ਕੁਛ ਕਿਹਾ ਜਾਂਦਾ ਜੀ, ਤੇ ਮੈਂ ਹੁਣੇ ਜਿਹੜੀ ਹੁਣੇ ਆਪਾਂ 2 ਮਿੰਟ ਪਹਿਲਾਂ ਗੱਲ ਕਰਕੇ ਹਟੇ ਹਾਂ, ਕਿਸੇ ਵੇਲੇ ਆਵਾਜ਼ੇ ਪੰਜਾਬ ਦਾ ਖਿਤਾਬ ਜਿਹੜਾ ਜੀ ਉਹ ਜਗਮੀਤ ਬਰਾੜ ਹੋਣਾਂ ਨੂੰ ਵੀ ਮਿਲਿਆ ਸੀ ਜੀ, ਤੇ ਅੱਜ ਹੁਣ ਉਹ ਕਿੱਥੇ ਨੇ, ਉਹਨਾਂ ਨੇ ਸੁਖਬੀਰ ਬਾਦਲ ਨੂੰ ਹਰਾਇਆ ਵੀ ਸੀ 5100 ਕੁਛ ਵੋਟਾਂ ਤੇ,
1999 ਚ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਤੇ ਅੱਜ ਉਹ ਵੀ ਨੀਲੀ ਸਜਾਉਣ ਨੂੰ ਤਿਆਰ ਬੈਠੇ ਤੇ ਜੀ। ਸੋ ਇਹ ਕੋਈ ਮਤਲਬ ਜੇ ਆਪਾਂ ਕਹੀਏ ਵੀ ਸੁਖਪਾਲ ਖਹਿਰਾ ਬੇਬਾਕ ਬੁਲਾ ਰਹੇ ਨੇ, ਚੰਗੇ ਬੁਲਾ ਰਹੇ ਨੇ, ਠੀਕ ਹੈ, ਪਰ ਉਹਨਾਂ ਨੇ ਰੰਗ ਇੰਨੇ ਬਦਲ ਲਏ ਪਿਛਲੇ ਸਮੇਂ ਚ ਵੀ ਹੁਣ ਲੋਕ ਉਹਨਾਂ ਤੇ ਵੀ ਬਹੁਤਾ ਇਤਬਾਰ ਕਰਨ ਨੂੰ ਤਿਆਰ ਨੀ, ਹਾਲਾਂਕਿ NRI ਜਾਂ ਸੋਸ਼ਲ ਮੀਡੀਆ ਕਾਫੀ ਉਹਨਾਂ ਨੂੰ ਚੱਕਦਾ ਵੀ ਆ, ਪਰ ਮੈਨੂੰ ਇਹ ਲੱਗਦਾ ਵੀ ਬਹੁਤਾ ਦਿਖਾ ਨੀ ਸਕਣਾ ਦਮਖਮ ਉਹਨਾਂ ਨੇ ਜੋ ਰੀਅਲ ਗਰਾਊਂਡ ਤੇ ਜੋ ਇਸ ਵੇਲੇ ਜੋ ਥੱਲੇ ਹਾਲਾਤ ਬਣੇ ਹੋਏ ਨੇ ਨਾ ਪਿੰਡਾਂ ਚ, ਉਹਦੀ ਹਾਲਤ ਬੜੀ ਬਹੁਤੀ ਚੰਗੀ ਨੀ ਹੈ। ਹਾਂ ਕੁਛ ਥਾਵਾਂ ਦੇ ਉੱਤੇ ਕੁਛ ਵਿਅਕਤੀ ਵਿਸ਼ੇਸ਼ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਜਿਵੇਂ ਆਪਾਂ ਕਹੀਏ ਬੈਂਸ ਬ੍ਰਦਰਸ ਨੇ, ਇਹ ਜ਼ਰੂਰ ਇੱਥੇ ਇਹ ਜਿਹੜਾ ਹੈਗਾ ਪੰਜਾਬ ਡੈਮੋਕਰੈਟਿਕ ਅਲਾਇੰਸ, ਇਹ ਕੁਛ ਚੰਗੇ ਮਤਲਬ ਦਮਦਾਰ ਉਮੀਦਵਾਰ ਦੇ ਤੌਰ ਤੇ ਸਾਹਮਣੇ ਆਏ ਨੇ। ਔਰ ਮੈਂ ਦੇਖਿਆ ਪਿਛਲੇ ਦਿਨਾਂ ਚ ਕਿਉਂਕਿ ਭਾਵੇਂ ਮੇਰਾ ਇਲਾਕਾ ਉਹਨਾਂ ਦੇ ਇਹਦੇ ਚ ਨਹੀਂ ਪੈਂਦਾ, ਪਰ ਮੇਰੇ ਨਾਲ ਲੱਗਦੇ ਸਾਰੇ ਇਲਾਕੇ ਲੁਧਿਆਣਾ ਸੀਟ ਚ ਪੈਂਦੇ ਨੇ, ਉੱਥੇ ਮੈਂ ਇਹ ਆਵਾਜ਼ ਜ਼ਰੂਰ ਸੁਣੀ ਆ ਬਈ ਉੱਥੇ ਜਿਵੇਂ ਉਸ ਤਰ੍ਹਾਂ ਦੀ ਲਹਿਰ ਤਾਂ ਨੀ ਮੈਂ ਕਹਿ ਸਕਦਾ ਜਿਵੇਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਸੀ, ਪਰ ਉਹਨਾਂ ਦੇ ਹੱਥ ਚ ਥੋੜਾ ਜਿਹਾ ਲੋਕਾਂ ਦੇ ਵਿੱਚ ਹੈਗਾ ਪ੍ਰਭਾਵ ਜੀ। ਪਰ ਜੇ ਆਪਾਂ ਕਹੀਏ ਬਈ ਆਪ ਦਾ, ਆਪ ਦਾ ਤਾਂ ਮੈਨੂੰ ਐਂ ਲੱਗਦਾ ਵੀ ਕੱਲਾ ਜਿਹੜਾ ਸਰੂਰ ਹਲਕਾ ਉਹਨੂੰ ਛੱਡ ਕੇ ਬਾਕੀ ਤਾਂ ਮੈਨੂੰ ਕਿਤੇ ਕੁਛ ਦਿਖਾਈ ਨੀ ਦਿੰਦਾ ਜੀ। ਅੱਜ ਮੈਂ ਸੰਗਰੂਰ ਵੀ ਗਿਆ ਸੀ, ਉੱਥੇ ਜਾ ਕੇ ਦੇਖਿਆ, ਉੱਥੇ ਵੀ ਹਾਲਾਤ ਤਾਂ ਕੋਈ ਬਹੁਤੇ ਸਾਜ਼ਗਾਰ ਨਹੀਂ, ਕਿਉਂਕਿ ਜਿਹੜੇ ਪਹਿਲਾਂ ਨਾਲ ਤੁਰਨ ਵਾਲੇ ਲੋਕ ਸੀ ਭਗਵੰਤ ਮਾਨ ਹੋਰਾਂ ਦੇ, ਉਹਨਾਂ ਚੋਂ ਬਹੁਤ ਜ਼ਿਆਦਾ ਜਿਹੜੇ ਹੌਲੀ ਹੌਲੀ ਅੱਡ ਅੱਡ ਹੋਈ ਜਾਂਦੇ ਆ। ਇੱਕ ਕੱਲ ਛੱਡ ਗਿਆ ਪਰਸੋਂ ਇੱਕ ਬੀਬੀ, ਪਰਸੋਂ ਜਾਂ ਚੌਥੇ ਇਹਨਾਂ ਦੀ ਜਿਹੜੀ ਸਟੇਟ ਕਮੇਟੀ ਦੇ ਵਿੱਚ ਹੁੰਦੀ ਸੀ ਵੋਮਨ ਸੈੱਲ ਦੀ ਸੀਨੀਅਰ ਮੀਤ ਪ੍ਰਧਾਨ, ਉਹ ਕੁੜੀ ਛੱਡ ਗਈ। ਹੋਰ ਵੀ ਜਿਹੜੇ ਜਮਾਂ ਨੇੜਲੇ ਸੀ ਭਗਵੰਤ ਮਾਨ ਹੋਰਾਂ ਦੇ ਉਹ ਵੀ ਪਾਸੇ ਹਟੀ ਜਾਂਦੇ ਆ, ਤੇ ਪਤਾ ਲੱਗਿਆ ਕਿ ਕੁਛ ਕੁ ਹਲਕੇ ਨੇ ਜਿਹੜੇ ਉੱਥੋਂ ਦੇ ਵਿਧਾਨ ਸਭਾ ਹਲਕੇ, ਉੱਥੇ ਤਾਂ ਪਹਿਲਾਂ ਹੀ ਇਹਨਾਂ ਦਾ ਛੱਤੀ ਦਾ ਅੰਕੜਾ ਚੱਲੀ ਜਾਂਦਾ ਜੀ। ਐਕਚੁਲੀ ਸਿੱਧੂ ਸਾਹਿਬ ਗੱਲ ਇਹ ਆ ਵੀ ਜਿਹੜੇ ਹੁਣ ਆਪਾਂ ਵੀ ਉਹ ਫਲਾਨਾ ਜੀ ਇਸਤਰੀ ਉਹਦਾ ਬੈਂਕ ਦਾ ਜਾਂ ਇਹਨਾਂ ਦਾ ਯੂਥ ਬੈਂਕ ਦਾ ਸੀ ਜਾਂ ਫਲਾਨਾ ਉਹਦਾ ਸੀ, ਇਹ ਉਹਦੇ ਤਾਂ ਇਹਨਾਂ ਨੇ ਵੀ ਮਤਲਬ ਜਿਹਨੂੰ ਕਹਿੰਦੇ ਨੇ ਥੋਕ ਚ ਹੀ ਵੰਡੇ ਨੇ ਜੀ। ਕਿਉਂਕਿ ਜਦੋਂ ਸੁਖਪਾਲ ਖਹਿਰੇ ਨਾਲੋਂ ਪਾਸੇ ਹੋਏ ਉਹ ਜਦੋਂ ਲਾਂਭੇ ਹੋਏ ਤਾਂ ਇਹਨਾਂ ਨੇ ਇੱਕਦਮ ਮਤਲਬ ਜਿਵੇਂ ਕਹਿੰਦੇ ਨੇ ਮੀਂਹ ਬਣਾ ਤਾ ਉਹਦਿਆਂ ਦਾ ਜੀ, ਤੇ ਉਦੋਂ ਪਹਿਲਾਂ ਵੀ ਇਹੀ ਹਾਲ ਸੀ। ਜੇ ਆਪਾਂ ਕਹੀਏ ਬਈ ਵਲੰਟੀਅਰਾਂ ਦੀ ਰਾਏ, ਉਹ ਜਿਹੇ ਜੀ ਵਲੰਟੀਅਰਾਂ ਦੀ ਰਾਏ ਜੀ ਆਪ ਵਾਲੇ ਲੈਂਦੇ ਨੇ। ਸੁਖਪਾਲ ਖਹਿਰਾ ਵੀ ਕਹਿੰਦੇ ਸੀਗੇ ਵੀ ਖੁਦ ਮੁਖਤਿਆਰੀ ਚਾਹੀਦੀ ਆ ਤੇ ਰਾਏ ਨਾਲ ਸਭ ਦੀ ਰਾਏ ਨਾਲ ਚੱਲਣਾ ਵਾ, ਤੇ ਰਾਏ ਤਾਂ ਮੈਨੂੰ ਲੱਗਦਾ ਉਹ ਵੀ ਮੈਨੂੰ ਨੀ ਲੱਗਦਾ ਕਿਸੇ ਦੀ ਕਹਿੰਦੇ ਘੋੜਾ ਤੋਂ ਵੀ ਆਪਦਾ ਹੀ ਭਜਾਉਂਦੇ ਨੇ ਜੀ, ਖੁਦ ਮੁਖਤਿਆਰੀ ਜੋ ਹੋਈ ਨਾ ਜੀ ਤੇ ਹਾਂ ਉਹ ਹੁਣ ਜ਼ਿਆਦਾ ਹੀ ਖੁਦ ਮੁਖਤਿਆਰ ਹੋ ਕੇ ਲੱਗਦੇ ਆ, ਤੇ ਬਿਲਕੁਲ ਇਹੀ ਹਾਲ ਮੈਨੂੰ ਕਦੇ ਕਦੇ ਤਾਂ ਹੀ ਉਹਨਾਂ ਦੇ ਵਿੱਚ ਜਗਮੀਤ ਬਰਾੜ ਵਾਲਾ ਅਕਸ ਦਿਖਾਈ ਦੇਣ ਲੱਗ ਜਾਂਦਾ ਜੀ। ਜਗਮੀਤ ਬਰਾੜ ਪਾਰਟੀ ਜਗਮੀਤ ਬਰਾੜ ਉਹਨੇ ਵੀ ਕੋਈ ਨੀ ਛੱਡੀ ਜੀ, ਸਿਰਫ ਕਾਮਰੇਡਾਂ ਚ ਨੀ ਗਏ ਬਾਕੀ ਇਹਨਾਂ ਕੋਈ ਪਾਰਟੀ ਨੀ ਛੱਡੀ। ਆਹੋ ਮੈਂ ਤਾਂ ਗੱਲ ਕਰਦਾ ਸੀ ਕਿ ਜਗਮੀਤ ਬਰਾੜ ਸ਼ਾਇਦ ਗਿੱਲ ਸਾਹਿਬ ਜਿਹੜੇ ਘਰੋਂ ਆਏ ਹੋਣਗੇ ਉਹਨਾਂ ਨੂੰ ਵੀ ਕਹਿੰਦੇ ਹੋਣਗੇ ਘਰ ਵਾਪਸੀ ਕਿਸੇ ਵੇਲੇ ਵੀ ਹੋ ਸਕਦੀ ਆ, ਦਰਵਾਜ਼ਾ ਤੁਸੀਂ ਵੀ ਖੁੱਲਾ ਰੱਖਿਓ, ਕਈ ਵਾਰੀ ਆਪਣੇ ਵਰਗੇ ਬੰਦੇ ਲੇਟ ਗਏ ਹੁੰਦੇ ਆ ਨਾ। ਹੋਰ ਸੁਣੋ, ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਉਹ ਕੈਪਟਨ ਨੇ ਕੁੰਡਾ ਹੀ ਇਹਨੂੰ ਅੰਦਰੋਂ ਅੜ ਬਾੜੀ ਵੱਡੀ ਪਾ ਲਈ, ਇਹ ਤਾਂ ਹੋ ਸਕਦਾ ਅੱਜ ਰਾਤ ਨੂੰ ਵੀ ਜੇ ਕੋਈ ਆ ਗਿਆ ਸੁਨੇਹਾ ਉਧਰ ਨੂੰ ਪਿੱਛੇ ਵੀ ਜਾ ਸਕਦੇ। ਆਹੋ ਨਾਲੇ ਆਪਣੇ ਤਾਂ ਇੱਕ ਇਹ ਵੀ ਹੁੰਦਾ ਨਾ ਜੀ ਪਿੰਡਾਂ ਵਾਲਿਆਂ ਦੇ ਕਿ ਹੋਰ ਕੁਛ ਮਿਲੇ ਨਾ ਮਿਲੇ, ਜਿੰਦਾ ਲਾਉਣ ਨੂੰ ਥਾਂ ਹੋਵੇ ਨਾ ਹੋਵੇ ਟਰੈਕਟਰ ਦੀ ਪਿੰਨ ਕੱਢ ਕੇ ਪਾ ਦਿੰਦੇ ਹੁੰਦੇ ਆ ਵੀ ਚੱਲ ਅੱਜ ਇੱਥੇ ਪਾਲਾਂਗੇ ਤੜਕੇ ਜਾ ਕੇ ਡੰਡੇ ਨਾ ਪਾ ਕੇ ਵਾਹੁਣ ਚੱਲ ਜਾਂਗੇ ਖੇਤ। ਤੇ ਇੱਕ ਚੀਜ਼ ਹੋਰ ਜਗਮੀਤ ਬਰਾੜ ਹੋਰਾਂ ਦੇ ਭਵਿੱਖ ਦੇ ਨਾਲ ਜੁੜੀ ਕਿ ਇੱਥੇ ਬਾਦਲ ਸਾਹਿਬ ਹੋਏ ਆ ਜਿਹੜੇ ਅਕਾਲੀ ਦਲ ਵਾਲੇ, ਉਹ ਮੈਨੂੰ ਲੱਗਦਾ ਕਿ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰ ਰਹੇ ਆ। ਇੱਕ ਇਹ ਕਿ ਜਿਹੜਾ ਸਭ ਤੋਂ ਖੱਟੜ ਵਿਰੋਧੀ ਸੀ ਕਿਸੇ ਵੇਲੇ ਸੁਖਬੀਰ ਬਾਦਲ ਨੂੰ ਹਰਾਉਣ ਦੀ ਸਮਰੱਥਾ ਆਮ ਵਿਅਕਤੀਆਂ ਚ ਨਹੀਂ ਸੀ, ਜਗਮੀਤ ਬਰਾੜ ਹੋਰਾਂ ਨੇ ਹਰਾਇਆ ਸੀ, ਔਰ ਉਹ ਹੁਣ ਜੇ ਇਹਨਾਂ ਦੇ ਥੱਲੇ ਲੱਗ ਕੇ ਕੱਲ ਨੂੰ ਹੋ ਸਕਦਾ ਪੈਰੀਆਂ ਹੱਥ ਵੀ ਲਾ ਦੇਣ ਉਹ ਸੁਖਬੀਰ ਬਾਦਲ ਦੇ, ਕਿਉਂਕਿ ਪ੍ਰਧਾਨਗੀ ਹੈ ਭਾਈ ਅਗਲਿਆਂ ਦੀ, ਤੇ ਜੇ ਨਹੀਂ ਵੀ ਲੈਣ ਜੇ ਉਹਨਾਂ ਨੂੰ ਟਿਕਟ ਮਿਲਦੀ ਆ ਤਾਂ ਵੀ, ਨਹੀਂ ਮਿਲਦੀ ਤਾਂ ਵੀ, ਜਿੱਤਦੇ ਆ ਤਾਂ ਵੀ ਬਾਦਲ ਹੋਰਾਂ ਦੇ ਦੋਨਾਂ ਹੱਥਾਂ ਚ ਲੱਡੂ ਆ, ਬੇਸ਼ੱਕ ਸ਼ੂਗਰ ਹੀ ਹੋਇਆ ਵਾ, ਤੇ ਜੇ ਹਾਰਦੇ ਆ ਤਾਂ ਵੀ ਹੈ ਜੀ। ਦੇਖੋ ਉਹ ਜੀ ਅੱਜ ਕੱਲ ਜਿਹੜੇ ਲੱਡੂ ਲੈਂਦੇ ਨੇ ਨਾ ਸਿੱਧੂ ਸਾਹਿਬ, ਉਹ ਜਿਹੜਾ ਉਹ ਨੋ ਸ਼ੂਗਰ ਵਾਲੇ ਜਿਹੜੇ ਉਹਨਾਂ ਚ ਸ਼ੂਗਰ ਫਰੀ ਲੱਡੂ ਨੇ ਜੀ ਅੱਜ ਕੱਲ, ਉਦਾਂ ਦਾ ਸ਼ੂਗਰ ਨੀ ਹੁੰਦੀ। ਇਹ ਹੁਣ ਸਾਰੇ ਜਿਹੜੇ ਰਾਜਨੀਤਿਕ ਲੀਡਰ ਨੇ ਇਹ ਸ਼ੂਗਰ ਫਰੀ ਲੱਡੂ ਖਾਂਦੇ ਨੇ ਜੀ, ਇਹਨਾਂ ਨੂੰ ਜਮਾ ਹੀ ਨੀ ਸ਼ੂਗਰ ਹੁੰਦੀ, ਇਹ ਚਾਹੇ ਬੋਰੀ ਖਾ ਜਾਣ ਕੁਇੰਟਲ ਵਾਲੀ, ਇਹਨਾਂ ਨੂੰ ਬਿਲਕੁਲ ਸ਼ੂਗਰ ਨੀ ਹੁੰਦੀ ਹੈ। ਸੋ ਇਸ ਕਰਕੇ ਇਹ ਤਾਂ ਬਿਲਕੁਲ ਹੀ ਇਹਨਾਂ ਗੱਲਾਂ ਤੋਂ ਤਾਂ ਇਹ ਪੂਰੀ ਤਰ੍ਹਾਂ ਨਾਲ ਜਿਵੇਂ ਵਾਟਰ ਪਰੂਫ ਹੁੰਦੇ ਨੇ ਨਾ, ਉਹ ਬਿਲਕੁਲ ਉਹੀ ਹਾਲਤ ਹੈ ਇਹਨਾਂ ਦੀ ਵੀ,
ਇਹਨਾਂ ਦੇ ਉੱਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਹੈ। ਇਹ ਸਵੇਰੇ ਕੁਛ ਕਹਿ ਸਕਦੇ ਨੇ, ਸ਼ਾਮ ਨੂੰ ਕੁਛ ਕਹਿ ਸਕਦੇ ਨੇ। ਇਸ ਕਰਕੇ ਹੁਣ ਇਹਨਾਂ ਦੇ ਅਧਿਕਾਰ ਤਾਂ ਪੰਜਾਬ ਦਾ ਕੀ ਦੇਸ਼ ਦਾ ਕੋਈ ਬੰਦਾ ਕਰਨ ਨੂੰ ਤਿਆਰ ਨਹੀਂ ਹੈ। ਇਹ ਹਾਲ ਇਕੱਲੇ ਉਹਨਾਂ ਦੀ ਨਹੀਂ, ਸਾਰਿਆਂ ਦਾ ਇਹੀ ਹਾਲ ਆ। ਤੇ ਬਸ ਕੁੱਲ ਮਿਲਾ ਕੇ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਵੀ ਕਾਂਗਰਸ ਹੀ ਕਹਿੰਦੇ ਸਾਡੀ ਲਹਿਰ ਆ, ਅਕਾਲੀ ਕਹਿੰਦੇ ਸੀਟਾਂ ਅਸੀਂ ਇੱਕੀ ਵੀ ਨੀ, ਅਸੀਂ ਨੀ ਛੱਡਦੇ ਇੱਕੀ। ਤੇ ਸੱਚੇ ਸੌਦੇ ਵਾਲੇ ਵੀ ਮੀਟਿੰਗਾਂ ਕਰੀ ਜਾਂਦੇ ਨੇ, ਉਹ ਵੀ ਕਹਿੰਦੇ ਵੀ ਅਸੀਂ ਦੱਸਾਂਗੇ ਮੌਕੇ ਤੇ ਜਾ ਕੇ ਕੀ ਕਰਨਾ। ਸੋ ਹਜੇ ਤਾਂ ਭਾਈ ਖਲਾਰਾ ਪੰਜਾਬ ਚ ਵਾਹਵਾ ਹੀ ਆ, ਅਜੇ ਕਈ ਦਿਨ ਲੱਗਣਗੇ। ਬੱਦਲ ਤਾਂ ਭਾਵੇਂ ਕੱਲ ਸਾਫ਼ ਹੋ ਗਏ, ਅੱਜ ਹਾਲਾਤ ਠੀਕ ਰਹੇ ਦਿਨੇ, ਕੱਲ ਤਾਂ ਸਾਰਾ ਦਿਨ ਸਾਹ ਸੁੱਕੇ ਰਹੇ ਕਿਸਾਨਾਂ ਦੇ, ਕਈ ਥਾਈ ਗੜੇ ਪੈ ਗਏ, ਕਈ ਥਾਈ ਹੋਰ ਪੈ ਗਏ। ਹਜੇ ਪੰਜਾਬ ਚ ਜਿਹੜੀ ਰਾਜਨੀਤਿਕ ਗੜੇਮਾਰੀ ਹੋਣੀ ਆ, ਇਹਨੇ ਹਜੇ ਕਈਆਂ ਨੂੰ ਨਿਹੱਤੇ ਕਰ ਦੇਣਾ, ਕਈਆਂ ਦੇ ਨਾਲ ਮਾੜੀ ਕਰਨੀ ਆ, ਤੇ ਕਈਆਂ ਦੇ ਘਰ ਭਰ ਦੇਣੇ ਆ। ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਜੀ, ਹਜੇ ਤਾਂ ਗੜੇਮਾਰੀ ਹੋਈ ਚੱਲ ਰਹੀ ਆ। ਖੰਡੂਰ ਸਾਹਿਬ, ਸੀਟ ਦੀ ਗੱਲ ਅਸੀਂ ਗਿੱਲ ਸਾਹਿਬ ਕਰ ਲਈਏ, ਕਾਫੀ ਚਰਚਾ ਉਸ ਸੀਟ ਦੀ ਰਹੀ ਹੈ ਤੇ ਰਹਿਣੀ ਵੀ ਹੈ, ਕਿਉਂਕਿ ਜਨਰਲ ਜੇ ਜੇ ਸਿੰਘ ਹੋਰਿਆ ਜਿਹੜੇ ਉਹ ਬੇਸ਼ੱਕ ਬੀਬੀ ਦੇ ਹੱਕ ਚ ਬੈਠ ਗਏ ਨੇ, ਤੇ ਹੁਣ ਉੱਥੇ ਕੀ ਲੱਗਦਾ ਕਿਹੋ ਜਿਹੇ ਹਾਲਾਤ ਰਹਿਣਗੇ, ਕਿਉਂਕਿ ਬੀਬੀ ਖਾਲੜਾ ਉਹਨਾਂ ਦਾ ਆਧਾਰ ਵਧੀਆ, ਔਰ ਇਹ ਹੈ ਕਿ ਰਾਜਨੀਤਿਕ ਰੂਪ ਦੇ ਵਿੱਚ ਜਿਵੇਂ ਬ੍ਰਹਮਪੁਰਾ ਹੋਰਾਂ ਦਾ ਧੜਾ ਹੈ ਉਹ ਉਹਨਾਂ ਦੇ ਨਾਲ ਤੁਰਦਾ ਜਾਂ ਨਹੀਂ ਤੁਰਦਾ, ਇਹ ਕਹਿਣਾ ਬੜਾ ਮੁਸ਼ਕਲ ਹੈ। ਤੇ ਦੂਜੇ ਪਾਸੇ ਜੰਗੀਰ ਕੌਰ ਹੋਰੇ ਆ, ਕਾਫੀ ਦੋਸ਼ ਨੇ ਔਰ ਪ੍ਰਾਪਤੀਆਂ ਤਾਂ ਘੱਟ ਹੈ, ਬਦਨਾਮੀਆਂ ਸ਼ਾਇਦ ਵੱਧ ਨੇ। ਤੇ ਤੀਜੇ ਪਾਸੇ ਡਿੰਪਾ ਹੋਰਾਂ ਦੀ ਗੱਲ ਕਰ ਸਕਦੇ ਹਾਂ ਅਸੀਂ, ਉੱਥੇ ਉੱਥੇ ਕਿਵੇਂ ਲੱਗਦਾ? ਜਿਹੜਾ ਚੌਥਾ ਹੈਗਾ ਆਮ ਆਦਮੀ ਪਾਰਟੀ ਵਾਲਾ, ਉਹਨੇ ਤਾਂ ਆਉਂਦਿਆਂ ਨੀ ਨਵਾਂ ਚੰਦ ਚਾੜਤਾ ਜੀ, ਅਮਰਿੰਦਰ ਸਿੰਘ ਨਾਲ ਤੁਲਨਾ ਕਰਾ ਕੇ। ਬੇਸ਼ੱਕ ਉਹ ਮਾਮਲਾ ਚੱਕਿਆ ਜਾਂਦਾ ਜਾਂ ਨਹੀਂ, ਪਰ ਮੈਨੂੰ ਲੱਗਦਾ ਕਿ ਨੁਕਸਾਨ ਹੀ ਕਰਾ ਲਿਆ। ਹਾਂ, ਨੁਕਸਾਨ ਹੀ ਹੋਏਗਾ, ਉਹਦਾ ਕੋਈ ਬਹੁਤਾ ਫਰਕ ਨਹੀਂ। ਅਸਲ ਚ ਗੱਲ ਕੀ ਆ ਵੀ ਇਹ ਕੱਚ ਘਰ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ, ਤਾਂ ਮਤਲਬ ਇਹਨਾਂ ਨੂੰ ਬਾਕੀਆਂ ਨੇ ਤਾਂ ਚਲੋ ਕਿਸੇ ਦੇ, ਜਿਵੇਂ ਹੁਣ ਕੈਪਟਨ ਸਾਹਿਬ ਨੇ ਅੱਲ ਲਾ ਲਈ ਅੰਦਰੋਂ, ਕਿਉਂਕਿ ਉਹਨਾਂ ਦਾ ਗੇਟ ਵੱਡਾ ਵਾ, ਉਹਨੇ ਅੱਲ ਲਾ ਲਈ। ਬਾਦਲ ਸਾਹਿਬ ਦਾ ਦਰਵਾਜ਼ਾ ਵੀ ਬਹੁਤ ਤਕੜਾ ਵਾ, ਤੁਸੀਂ ਜਾ ਕੇ ਕਿਤੇ ਦੇਖਿਓ ਬਾਦਲ ਪਿੰਡ, ਉੱਥੇ ਸੁਰੱਖਿਆ ਸੁਰੱਖਿਆ ਵਾ ਵਾ। ਇਹ ਆਪ ਵਾਲੇ ਦਾ ਤਾਂ ਗੇਟ ਹੀ ਹੈ ਨੀ, ਇਹ ਤਾਂ ਕੋਈ ਆ ਜੇ ਕੋਈ ਚਲ ਜੇ। ਬੀਬੀ ਹਰਬੰਸ ਕੌਰ ਕੱਲ ਤੱਕ ਕਾਂਗਰਸ ਸੀ, ਸਾਬਕਾ ਵਿਧਾਇਕ ਸੀ, ਪੰਜਾਬ ਦੇ ਸਾਬਕਾ ਪ੍ਰਧਾਨ ਦੀ ਪਤਨੀ ਸੀ, ਉਹ ਰਾਜ ਸਭਾ ਦੇ ਮੈਂਬਰ ਵੀ ਨੇ, ਤੇ ਉਹ ਅੱਜ ਉਹ ਆਮ ਆਦਮੀ ਪਾਰਟੀ ਦੀ ਵਲੰਟੀਅਰ ਹੋ ਗਈ, ਤੇ ਉਹਨੂੰ ਟਿਕਟ ਵੀ ਆਉਂਦੇ ਸਾਰੀ ਉੱਥੋਂ ਦੇ ਕੇ ਹੀ ਟਿਕਟ ਲੈ ਕੇ ਹੀ ਆਈ ਸਿੱਧੀ ਮਤਲਬ ਇੱਥੇ। ਤੇ ਜੇ ਆਪਾਂ ਹੁਣ ਇਸ ਹਲਕੇ ਦੀ ਗੱਲ ਕਰੀਏ, ਇਹ ਠੀਕ ਹੈ ਵੀ ਬੀਬੀ ਖਾਲੜਾ ਦਾ ਪਲੜਾ ਇਸ ਵਾਰ ਕਾਫੀ ਭਾਰੀ ਲੱਗਦਾ ਜੀ, ਪਰ ਜੇ ਆਪਾਂ ਦੇਖੀਏ ਬੀਬੀ ਖਾਲੜਾ ਵੀ ਪਹਿਲੀ ਵਾਰ ਚੋਣ ਨੀ ਲੜ ਰਹੇ ਇਸ ਹਲਕੇ ਤੋਂ, ਉਦੋਂ ਇਹਦਾ ਹਾਂਜੀ ਇਸ ਹਲਕੇ ਤੋਂ ਇਹ ਹਲਕੇ ਦਾ ਨਾਂ ਬਦਲਿਆ। ਬਾਕੀ ਕੁੱਲ ਮਿਲਾ ਕੇ ਪੁਰਾਣਾ ਹਲਕਾ ਇਹ ਤਰਨ ਤਾਰਨ ਵਾਲਾ ਹੀ ਆ, ਜਿੱਥੋਂ ਕਿਸੇ ਵੇਲੇ ਮਾਨ ਸਾਹਿਬ 4 ਲੱਖ ਵੋਟਾਂ ਨਾਲ ਜਿੱਤੇ ਸੀ ਸਵਾ ਚਾਰ ਤੋਂ। ਤੇ ਬੀਬੀ ਖਾਲੜਾ ਜੀ ਨੇ ਵੀ ਇੱਥੇ ਚੋਣ ਲੜੀ ਸੀ ਜੀ 1999 ਚ ਤਰਨ ਤਾਰਨ ਤੋਂ ਜੀ, ਉਦੋਂ ਜਥੇਦਾਰ ਟੌੜਾ ਜੀ ਅਲੱਗ ਹੋ ਗਏ ਸੀਗੇ ਜਦੋਂ ਉਹਨਾਂ ਨੇ ਬਾਦਲ ਨੂੰ ਇਹ ਸਲਾਹ ਦਿੱਤੀ ਨਾ 97 ਵਾਲੀ ਚੋਣ ਤੋਂ ਬਾਅਦ। ਬਾਦਲ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੇ ਪਾਰਟੀ ਦੀ ਪ੍ਰਧਾਨਗੀ, ਇਹ ਦੋਨੇ ਕੰਮ ਭਾਰੇ ਹੁੰਦੇ ਨੇ। ਤੁਸੀਂ ਇੱਕ ਕਰ ਲਓ, ਹੁਣ ਤੁਸੀਂ ਵੀ ਬਜ਼ੁਰਗ ਹੋ ਚੱਲੇ ਹੋ, ਤੁਸੀਂ ਇੱਕ ਕਰ ਲਓ, ਇੱਕ ਛੱਡ ਦਿਓ, ਇੱਕ ਕਿਸੇ ਹੋਰ ਨੂੰ ਦੇ ਦਿਓ ਜੀ। ਇੰਨੀ ਗੱਲ ਕਹਿ ਕੇ ਉਹਨੇ ਤਾਂ ਵੱਡਾ ਸਿਆਪਾ ਖੜਾ ਕਰ ਲਿਆ, ਤੇ ਥੋੜੇ ਦਿਨਾਂ ਚ ਹੀ ਉਹਨੂੰ ਰਾਤ ਨੂੰ ਕਿਹਾ ਵੀ ਦਿੱਲੀਓਂ ਤੂੰ ਵਾਪਸ ਆ ਕੇ ਸਪਸ਼ਟੀਕਰਨ ਦੇ। ਟੌੜਾ ਸਾਹਿਬ ਆਏ ਨੀ ਤੇ ਉਹਨੂੰ ਜਦੇ ਹੀ ਪਾਰਟੀ ਚੋਂ ਬਾਹਰ ਕਰਤਾ। ਤੇ ਫਿਰ ਟੌੜਾ ਸਾਹਿਬ ਨੇ ਚੰਦੂ ਬਾਜਰਾ, ਕਮੇਸ਼ਿੰਦਰ ਗਰੇਵਾਲ, ਤੇ ਇਹ ਇੱਕ ਵੱਡਾ ਧੜਾ ਜਿਹਦੇ ਚ ਆਲੀਵਾਲ ਹੁਣ ਇੱਕ ਵੱਡਾ ਧੜਾ ਜਿਹੜਾ ਸੀ ਉਹ ਟਕਸਾਲੀਆਂ ਵਾਲਾ ਜਿਹੜਾ ਹੋਣ ਵਾਲਾ ਧੜਾ ਏਡਾ ਵੱਡਾ ਨਹੀਂ ਹੈ ਜਿੱਡਾ ਵੱਡਾ ਟੌੜਾ ਸਾਹਿਬ ਦੇ ਨਾਲ ਸੀ। ਉਦੋਂ ਉਹਨਾਂ ਨਾਲ MLA ਵੀ ਸੀ ਕਈ ਜੀ, ਉਹਨਾਂ ਨੇ ਸਰਵ ਹਿੰਦ ਅਕਾਲੀ ਦਲ ਬਣਾਇਆ ਸੀ। ਤੇ 1999 ਦੀ ਜਿਹੜੀ ਲੋਕ ਸਭਾ ਚੋਣ ਸੀ ਉਹਦੇ ਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਰਵ ਹਿੰਦ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਸੀ ਜੀ। ਤੇ ਉਸ ਚੋਣ ਦੇ ਵਿੱਚ ਬੀਬੀ ਜੀ 37,985 ਵੋਟਾਂ ਲੈ ਗਏ ਸੀ, ਤੀਜੇ ਨੰਬਰ ਤੇ ਰਹੇ ਸੀ, 6.39% ਵੋਟ ਇਹਨਾਂ ਨੂੰ ਪਈ ਸੀ। ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਤਰਲੋਚਨ ਸਿੰਘ ਤੌੜ ਜਿਹੜੇ ਪੁਰਾਣੇ ਜਥੇਦਾਰ ਸੀ ਉਹ ਮੋਹਨ ਸਿੰਘ ਤੌੜ ਹੋਰਾਂ ਦੇ ਪੁੱਤਰ ਸੀਗੇ, ਤੇ ਉਹ 3,05,899 ਵੋਟਾਂ ਲੈ ਕੇ ਤਕਰੀਬਨ 52% ਵੋਟਾਂ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਸੀ। ਤੇ ਦੂਜੇ ਨੰਬਰ ਤੇ ਆਉਣ ਵਾਲੇ ਗੁਰਿੰਦਰ ਪ੍ਰਤਾਪ ਸਿੰਘ ਕੈਰੋਂ ਸੀ ਜਿਹਨਾਂ ਨੂੰ 2,30,282 38.74% ਵੋਟਾਂ ਮਿਲੀਆਂ ਸੀ, ਤੇ ਬੀਬੀ ਜੀ ਤੀਜੇ ਨੰਬਰ ਤੇ ਆਏ ਸੀ ਜੀ, ਉਦੋਂ ਚੋਣ ਹਾਰ ਗਏ ਸੀ। ਉਦੋਂ ਵੀ ਲੋਕਾਂ ਦੇ ਵਿੱਚ ਮਤਲਬ ਉਦੋਂ ਕਿਉਂਕਿ ਸੋਸ਼ਲ ਮੀਡੀਆ ਇਸ ਤਰ੍ਹਾਂ ਨਹੀਂ ਸੀ, ਪਰ ਉਦੋਂ ਵੀ ਚਰਚਾ ਬੀਬੀ ਜੀ ਦੀ ਇੰਨੀ ਸੀ, ਕਈ ਲੋਕ ਤਾਂ ਇੱਥੋਂ ਤੱਕ ਕਹਿੰਦੇ ਸੀ ਵੀ ਦੋਨੇ ਉਮੀਦਵਾਰੀ ਇਹਦੇ ਮੁਕਾਬਲੇ ਚ ਕੁਛ ਨਹੀਂ ਹੈ ਜੀ। ਤੇ
ਅੱਜ ਵੀ ਮੈਂ ਉਹ ਤਾਂ ਨੀ ਕਹਿੰਦਾ ਵੀ ਉਹ ਸਿਚੁਏਸ਼ਨ ਆ, ਉਹ ਤਾਂ ਨੀ ਹੈਗੀ। ਅੱਜ ਤਾਂ ਬੀਬੀ ਜੀ ਦਾ ਕੱਦ ਬੜਾ ਉੱਚਾ ਤੇ ਉਹਨਾਂ ਦਾ ਪੱਲਾ ਵੀ ਕਾਫੀ ਭਾਰੀ ਲੱਗਦਾ, ਕਿਉਂਕਿ ਉਹਨਾਂ ਦੇ ਮੁਕਾਬਲੇ ਚ ਜਿਹੜੇ ਬੰਦੇ ਆਏ ਨੇ, ਡਿੰਪੇ ਬਾਰੇ ਕਿਸੇ ਨੂੰ ਨੀ ਭੁਲੇਖਾ, ਠੀਕ ਹੈ ਨਾ। ਹੁਣੇ ਅਜੇ ਚੋਣ ਹਾਰ ਕੇ ਹਟੇ ਨੇ ਪਹਿਲਾਂ, ਠੀਕ ਹੈ ਨਾ। ਤੇ ਦੂਜੀ ਗੱਲ ਬੀਬੀ ਜਗੀਰ ਕੌਰ ਹੋਰਾਂ ਬਾਰੇ, ਉਹਨਾਂ ਬਾਰੇ ਤਾਂ ਮਤਲਬ ਕੋਈ ਗੱਲ ਕਰਦਿਆਂ ਚੰਗਾ ਨੀ ਲੱਗਦਾ ਹੈ, ਕਿਉਂਕਿ ਜੇ ਦਾਗ ਗਿਣਨੇ ਹੋਣ ਤਾਂ ਮੈਨੂੰ ਲੱਗਦਾ ਚਿੱਟਾ ਸਾਹ ਫਿਰ ਲੱਭਣਾ ਹੀ ਕੋਈ ਨੀਗਾ, ਠੀਕ ਹੈ ਨਾ। ਜੇ ਆਪਾਂ ਦਾਗ ਗਿਣਨ ਲੱਗ ਗਏ ਤੇ ਚਿੱਟੀ ਚਾਦਰ ਤਾਂ ਕਿਸੇ ਪਾਸੋਂ ਲੱਭਣੀ ਨੀ, ਉਹ ਤਾਂ ਕਾਲੀ ਹੋ ਜਾਣੀ ਸਾਰੀ। ਸੋ ਇਸ ਕਰਕੇ ਉਹਨਾਂ ਦੇ ਮੁਕਾਬਲੇ ਦੇ ਜਿਹੜੇ ਆਗੂ ਖੜੇ ਨੇ ਉਹ ਤਾਂ ਇਸ ਵੇਲੇ ਓਡੇ ਕੱਦ ਦੇ ਹੈ ਨੀ। ਹਾਲਾਂਕਿ ਉਦੋਂ ਜਿਹੜੇ ਤਰਲੋਚਨ ਸਿੰਘ ਤੁੜ ਸੀ ਉਹਨਾਂ ਦਾ ਆਧਾਰ ਬਹੁਤ ਜ਼ਿਆਦਾ ਸੀ, ਕਿਉਂਕਿ ਉਹਨਾਂ ਦੇ ਮਤਲਬ ਜੱਦੀ ਪੁਸ਼ਤੀ ਉਹ ਜਿਹੜਾ ਅਕਾਲੀ ਦਲ ਦੇ, ਕਿਉਂਕਿ ਉਹਨਾਂ ਦੇ ਵੱਡੇ ਤੁਰ ਸਾਹਿਬ ਦਾ ਵੀ ਆਧਾਰ ਸੀ ਜਿਹੜਾ ਕਿ ਉਹਨਾਂ ਦੇ ਨਾਲ ਤਾਂ ਜੁੜਿਆ, ਉਹਨਾਂ ਦੇ ਪਰਿਵਾਰ ਦੀਆਂ ਵੱਡੀਆਂ ਕੁਰਬਾਨੀਆਂ ਵੀ ਸੀ। ਜੀ ਜੀ, ਉਹਨਾਂ ਨੇ ਮਤਲਬ ਜਿਹੜੀਆਂ ਪਹਿਲੀਆਂ ਲੜਾਈਆਂ ਅਕਾਲੀ ਦਲ ਦੇ ਹੋਂਦ ਚ ਆਉਣ ਤੋਂ ਲੈ ਕੇ, ਉਹ ਪਰਿਵਾਰ ਉਦੋਂ ਤੋਂ ਅਕਾਲੀ ਦਲ ਨਾਲ ਜੁੜਿਆ ਆਉਂਦਾ ਸੀ, ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਕੱਦ ਸੀ। ਤੇ ਉਹਦੇ ਮੁਕਾਬਲੇ ਚ ਬੀਬੀ ਜੀ ਦੇ ਉਦੋਂ ਤਾਹੀ ਪੈਰ ਨਹੀਂ ਲੱਗੇ। ਤੇ ਨਾਲੇ ਤੌੜਾ ਸਾਹਿਬ ਦਾ ਬੇਸਿਕਲੀ ਮਾਲਵੇ ਚ ਪ੍ਰਭਾਵ ਜ਼ਿਆਦਾ ਸੀ, ਉਹਨਾਂ ਦਾ ਮਾਝੇ ਚ ਪ੍ਰਭਾਵ ਉਦਾਂ ਨਹੀਂ ਸੀ, ਬਲਕਿ ਉਹਨੂੰ ਤਾਂ ਮਾਝੇ ਵਾਲੇ ਤਾਂ ਇਹ ਸੋਚਦੇ ਸੀ ਵੀ ਮਾਲਵੇ ਵਾਲਿਆਂ ਨੇ ਇਹੋ ਜਿਹਾ ਕਬਜ਼ਾ ਕੀਤਾ ਵੀ ਉਹ 25-26 ਸਾਲ 27 ਸਾਲ ਦੇ ਕਰੀਬ ਉਹ ਰਹੇ ਸੀ ਪ੍ਰਧਾਨ, ਇਸ ਕਰਕੇ ਉਹਨਾਂ ਨੂੰ ਤਾਂ ਸਗੋਂ ਉਲਟੇ ਉਹ ਚੁਭਦੇ ਹੀ ਸੀ ਟੌੜਾ ਸਾਹਿਬ। ਇਸ ਕਰਕੇ ਉਹਨਾਂ ਦੇ ਕੈਂਡੀਡੇਟ ਨੂੰ ਵੋਟ ਪੈਣੀ ਥੋੜੀ ਮੁਸ਼ਕਲ ਹੀ ਸੀ ਉਧਰੋਂ, ਤਾਂ ਹੀ ਬੀਬੀ ਜੀ ਉਦੋਂ ਕਾਫੀ ਪਿੱਛੇ ਰਹਿ ਗਏ ਸੀ। ਪਰ ਇਸ ਵਾਰ ਜੇ ਆਪਾਂ ਕਹੀਏ ਵੀ ਇਹ ਹਲਕਾ ਜਿਹੜਾ ਇਹਦੇ ਚ ਮੈਨੂੰ ਤਾਂ ਇਹ ਲੱਗਦਾ ਵੀ ਜੇ ਲੜਾਈ ਹੋਈ ਤਾਂ ਬੀਬੀ ਦੂਜੀ ਵੀ ਪਿੱਛੇ ਦਿਸੂਗੀ, ਮੈਨੂੰ ਤਾਂ ਕਾਂਗਰਸ ਤੇ ਉੱਥੇ ਲੜਾਈ ਇਹਨਾਂ ਚ ਦਿਖਾਈ ਦਿੰਦੀ ਹੈ ਜੀ। ਹਾਂਜੀ, ਗਿੱਲ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ, ਮੈਨੂੰ ਸੋਹਣੇ ਮੈਸੇਜ ਆ ਰਹੇ ਨੇ ਸਾਰੇ ਪਾਸਿਓਂ ਕਿ ਆਹ ਹੀਰਾ ਕਿੱਥੇ ਲਗੋ ਕੇ ਰੱਖਿਆ ਸੀ। ਸੋ ਗਿੱਲ ਸਾਹਿਬ ਅੱਗੇ ਹਾਜ਼ਰੀ ਭਰਦੇ ਸੀ, ਕਦੇ ਕਦਾ ਹੀ ਆਉਂਦੇ ਹੁੰਦੇ ਸੀ, ਹੁਣ ਹਫ਼ਤਾਵਾਰੀ ਆਪਾਂ ਇਹਨਾਂ ਨੂੰ ਜੂੜ ਪਾ ਲਿਆ ਇੱਕ ਤਰ੍ਹਾਂ ਦਾ ਕਿ ਛੇਤੀ ਕਿਤੇ ਜਾਣ ਨਹੀਂ ਦੇਣਾ ਕਿਧਰੇ। ਤੇ ਸੱਜਣੋ ਅਗਲੇ ਹਫ਼ਤੇ ਹੁਣ ਆਪਾਂ ਗਿੱਲ ਸਾਹਿਬ ਨਾਲ ਸਾਂਝ ਪਾਵਾਂਗੇ। ਗਿੱਲ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ, ਬਹੁਤ ਮਿਹਰਬਾਨੀ। ਸੋ ਸੰਤੋਖ ਸਿੰਘ ਗਿੱਲ ਹੋਰਾਂ ਦੇ ਨਾਲ ਸੱਜਣੋ ਅਸੀਂ ਗੱਲਬਾਤ ਕਰ ਰਹੇ ਸੀ, ਸੀਨੀਅਰ ਜਰਨਲਿਸਟ ਨੇ, ਸਾਡੀ ਟੀਮ ਦਾ ਹਿੱਸਾ ਨੇ ਅੱਜ ਗੱਲਬਾਤ।